ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ, ਲੈ ਕੇ ਪ੍ਰੋਗਰਾਮ ਦੇਸ਼ ਪ੍ਰਦੇਸ਼। ਅੱਜ ਇਸ ਸ਼ੋਅ ਦੇ ਵਿੱਚ ਅਸੀਂ ਫਿਰ ਪ੍ਰਵਾਸ ਨੂੰ ਲੈ ਕੇ ਗੱਲ ਕਰਾਂਗੇ, ਜਿਹੜੇ ਦੇਸ਼ ਤੋਂ ਪ੍ਰਦੇਸ਼ ਜਾਣਾ ਚਾਹੁੰਦੇ ਨੇ ਐਜ਼ ਅ ਸਟੂਡੈਂਟ ਸਟੱਡੀ ਪਰਮਿਟ 'ਤੇ, ਉਹਨਾਂ ਬਾਰੇ ਗੱਲ ਕਰਾਂਗੇ। ਹਰ ਰੋਜ਼ ਇੱਕ ਅਲੱਗ ਟੋਪਿਕ ਨੂੰ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ, ਕਿਉਂਕਿ ਅਲੱਗ ਅਲੱਗ ਚੋਇਸ ਨੇ ਲੋਕਾਂ ਦੀਆਂ। ਕੋਈ ਕੈਨੇਡਾ ਜਾਣਾ ਚਾਹੁੰਦਾ, ਕੋਈ ਨਿਊਜ਼ੀਲੈਂਡ ਜਾਣਾ ਚਾਹੁੰਦਾ। ਅੱਜ ਜਿਹੜਾ ਟੋਪਿਕ ਰਹੇਗਾ ਇਹ ਰਹੇਗਾ ਨਿਊਜ਼ੀਲੈਂਡ। ਇਹਦੇ ਦੋ ਕਾਰਨ ਨੇ। ਇੱਕ ਤਾਂ ਨਿਊਜ਼ੀਲੈਂਡ ਅੱਜ ਉਹ ਡੈਸਟੀਨੇਸ਼ਨ ਬਣਿਆ ਜਿਹਦੇ ਵਿੱਚ ਅੱਜ ਰੈਫਰੈਂਸ ਆਉਣੇ ਸ਼ੁਰੂ ਹੋਏ, ਜਿਹੜੇ ਪਹਿਲੇ ਜਾ ਕੇ ਸੈਟਲ ਹੋਏ ਬੱਚੇ, ਸੇਮ ਐਜ਼ ਆ ਕੈਨੇਡਾ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਲੋਕ ਰੈਫਰੈਂਸ ਦੇਣਾ ਸ਼ੁਰੂ ਕੀਤਾ ਵੀ ਨਹੀਂ, ਇਸ ਦੇਸ਼ 'ਚ ਆਓ, ਇੱਥੇ ਬਹੁਤ ਵਧੀਆ ਲਾਈਫ ਹੈ, ਸਟੂਡੈਂਟ ਦੀ ਜਿਹੜੀ ਕਾਫੀ ਵਧੀਆ ਅੱਗੇ ਫਿਊਚਰ ਦੀ ਪੋਸੀਬਿਲਿਟੀ ਰਹਿੰਦੀ ਹੈ। ਦੂਸਰਾ ਕਾਰਨ ਇਹਦੇ ਵਿੱਚ ਸਪਾਊਸ ਨੂੰ ਲੈ ਕੇ ਪੋਸੀਬਿਲਿਟੀਜ਼ ਨੇ, ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਲਈ ਪੋਸੀਬਿਲਿਟੀ ਨਹੀਂ ਵੀ ਉਹ ਸਪਾਊਸ ਨਾਲ ਜਾ ਪਾਉਣ, ਜਾਂ ਆਸਟ੍ਰੇਲੀਆ ਵਿੱਚ ਕਾਫੀ ਦਿੱਕਤ ਆ ਰਹੀਆਂ ਨੇ। ਸੋ ਸਪਾਊਸ ਨੂੰ ਲੈ ਕੇ ਵੀ ਜਿਨ੍ਹਾਂ ਦੇ ਸਵਾਲ ਸੀਗੇ ਉਹ ਵੀ ਅੱਜ ਸਾਂਝੇ ਕਰਾਂਗੇ। ਇਹ ਨਿਊਜ਼ੀਲੈਂਡ 'ਤੇ ਗੱਲਬਾਤ ਕਰਨ ਦੇ ਲਈ ਅਸੀਂ ਨਿਊਜ਼ੀਲੈਂਡ ਦੀ ਐਕਸਪਰਟ ENZRA ਮੈਂਬਰ ਕੰਪਨੀ ਤੋਂ ਉਹਨਾਂ ਦੇ ਐਕਸਪਰਟ ਮੈਡਵੇ ਇਮੀਗ੍ਰੇਸ਼ਨ ਤੋਂ ਤਨਵੀਰ ਜੀ ਨੂੰ ਸੱਦਾ ਦਿੱਤਾ। ਤਨਵੀਰ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਸਰ। ਸੋ ਤਨਵੀਰ, ਅੱਗੇ ਵੀ ਸਾਡੇ ਸ਼ੋਅ ਦੇ ਵਿੱਚ ਆਉਂਦੇ ਨੇ ਅਤੇ ਬੜੇ ਟ੍ਰਾਂਸਪੇਰੈਂਸੀ ਨਾਲ ਤੁਹਾਡੇ ਹਰ ਸਵਾਲ ਦਾ ਜਵਾਬ ਦਿੰਦੇ ਆ। ਅੱਜ ਵੀ ਅਸੀਂ ਉਹਨਾਂ ਤੋਂ ਤੁਹਾਡੇ ਸਵਾਲਾਂ ਦੇ ਜਵਾਬ ਲਵਾਂਗੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆਉਂਦਾ, ਮੈਡਵੇ ਦੇ ਨੰਬਰ ਚੱਲ ਰਹੇ ਨੇ, ਡਾਇਰੈਕਟਲੀ ਇਹਨਾਂ ਤੱਕ ਰਾਬਤਾ ਕਾਇਮ ਕੀਤਾ ਜਾ ਸਕਦਾ। ਤਨਵੀਰ, ਨਿਊਜ਼ੀਲੈਂਡ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਅੱਜ ਰੈਫਰੈਂਸਿਸ ਆਉਣੇ ਸ਼ੁਰੂ ਹੋ ਗਏ, ਜਿਹੜੇ ਪੁਰਾਣੇ ਬੱਚੇ ਸੀ ਉਹਨਾਂ ਨੇ ਆਪਣੇ ਰਿਲੇਟਿਵਸ ਨੂੰ ਫਰੈਂਡਸ ਨੂੰ ਕਹਿਣਾ ਸ਼ੁਰੂ ਕੀਤਾ ਵੀ ਨਹੀਂ ਨਿਊਜ਼ੀਲੈਂਡ ਆਓ। ਹਾਂਜੀ ਸਰ, ਹਾਂਜੀ। ਕਿਵੇਂ ਦਾ ਮਹਿਸੂਸ ਹੁੰਦਾ? ਆਲਰੇਡੀ ਸਾਡਾ ਜਿਹੜਾ ਜਨਰੇਟ ਹੋ ਚੁੱਕਾ ਸੀਗਾ ਸਰ, ਮੇਨ ਜਿਹੜਾ ਪਲੱਸ ਪੁਆਇੰਟ ਹੈਗਾ ਉਹ ਇਹ ਹੈਗਾ ਕਿ ਪੋਸਟ ਸਟੱਡੀ ਵਰਕ ਪਰਮਿਟ ਨੂੰ ਲੈ ਕੇ ਜੋ ਕਿ ਚੇਂਜਸ ਆਈਆਂ। ਰੈਫਰੈਂਸ ਇੱਕ ਸੀਗਾ ਤੁਹਾਡੀ ਕੰਪਨੀ ਦਾ? ਹਾਂਜੀ ਸਰ। ਚਲੋ ਪਹਿਲਾਂ ਜਿਹਨੂੰ ਭੇਜਿਆ ਉਹਨੇ ਮੈਡਵੇ ਕੋਲੋਂ ਫਾਈਲ ਲਵਾ ਲਓ, ਉਹ ਰੈਫਰੈਂਸ ਦਿੱਤਾ। ਕੈਨੇਡਾ ਦਾ ਰੈਫਰੈਂਸ ਇਹ ਹੁੰਦਾ ਸੀ ਵੀ ਇੱਕ ਮਹੱਲੇ 'ਚੋਂ ਕੋਈ ਚਲਾ ਗਿਆ, ਉਹ ਕੈਨੇਡਾ ਜਾ ਕੇ ਕਾਮਯਾਬ ਹੋਇਆ, ਅਤੇ ਦੂਸਰਾ ਕਹਿੰਦਾ ਸੀ ਮੈਂ ਵੀ ਕੈਨੇਡਾ ਜਾਣਾ। ਹਾਂਜੀ। ਅੱਜ ਨਿਊਜ਼ੀਲੈਂਡ ਲੋਕ, ਪਹਿਲੇ ਹੁੰਦਾ ਸੀ ਇੱਕ ਨਾ ਸਾਈਡ ਹੋ ਜਾਂਦਾ, ਚਲੋ ਪਹਿਲੇ ਕੈਨੇਡਾ ਦੇਖ ਲਓ, ਨਹੀਂ ਹੁੰਦਾ ਆਸਟ੍ਰੇਲੀਆ ਦੇਖ ਲਓ, ਉਹ ਵੀ ਨਹੀਂ ਹੋ ਰਿਹਾ, ਫਿਰ ਨਿਊਜ਼ੀਲੈਂਡ ਕਰ ਲਓ। ਅੱਜ ਫਸਟ ਚੋਇਸ ਦੇ ਵਜੋਂ, ਫਸਟ ਚੋਇਸ ਮਤਲਬ ਨਿਊਜ਼ੀਲੈਂਡ ਸਾਹਮਣੇ ਆ ਰਿਹਾ, ਆਲਰੇਡੀ ਇੱਕ ਫਸਟ ਪ੍ਰਾਇੋਰਿਟੀ ਵੀ ਬਣ ਚੁੱਕੀ ਹੈ ਸਟੂਡੈਂਟਸ ਦੇ ਲਈ, ਕਿਉਂਕਿ ਤੁਸੀਂ ਇਹਨੂੰ ਸ਼ੁਰੂ ਤੋਂ ਪ੍ਰਮੋਟ ਕਰਦੇ ਹੋ। ਕਿਸ ਤਰ੍ਹਾਂ ਦਾ ਲੱਗਦਾ ਅੱਜ ਫਸਟ ਪ੍ਰਾਇੋਰਿਟੀ ਦੇ ਲੈ ਕੇ? ਐਜੂਕੇਸ਼ਨ ਦੀ ਸਰ ਸਪੈਸ਼ਲਿਟੀ ਹੀ ਇਹ ਹੈ ਕਿ ਅਸੀਂ ਕੰਸੈਂਟਰੇਟਲੀ ਮਤਲਬ ਕਿੰਨੇ ਸਾਰੇ ਈਅਰਸ ਤੋਂ ਅਸੀਂ ਫੋਕਸਡ ਹੈਗੇ ਹਾਂ, ਓਨਲੀ ਵਨ ਕੰਟਰੀ ਨੂੰ ਅਸੀਂ ਫੋਕਸ ਕਰ ਰਹੇ ਹਾਂ, ਅਪ ਐਂਡ ਡਾਊਨ ਜੋ ਵੀ ਕੁਝ ਆਇਆ, ਜਿਸ ਤਰ੍ਹਾਂ ਦਾ ਵੀ, ਦੈਟਸ ਵਾਈ ਉਹੀ ਮਿਹਨਤ ਕਰਕੇ ਪੁੱਛਿਆ, ਤੁਸੀਂ ਬਹੁਤ ਮਿਹਨਤ ਕੀਤੀ ਸਾਰੀ ਟੀਮ ਨੇ, ਪਾਲਿਸੀਜ਼ ਚੇਂਜਸ ਆਈਆਂ, ਕੁਝ ਵੀ ਆਇਆ, ਬਟ ਅਸੀਂ ਫੋਕਸ ਰਹੇ ਹਾਂ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਵਾਸਤੇ। ਅੱਜ ਫਸਟ ਰੈਫਰੈਂਸ ਤੇ ਆ ਗਿਆ ਨਿਊਜ਼ੀਲੈਂਡ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ? ਸਰ ਬਹੁਤ ਅੱਛਾ ਮਹਿਸੂਸ ਹੁੰਦਾ, ਔਰ ਇੱਕ ਰੈਫਰੈਂਸ ਜਨਰੇਟ ਨਹੀਂ ਹੋਇਆ ਸਰ ਸਾਡੇ ਕੋਲ, ਬੈਕ ਟੂ ਬੈਕ ਸਾਡੇ ਕੋਲ ਕਾਫੀ ਜ਼ਿਆਦਾ ਜੋ ਕਿ ਹੈ ਰੈਫਰੈਂਸ ਜਨਰੇਟ ਹੋਇਆ। ਐਂਡ ਮੋਰ ਓਵਰ ਸਰ, ਜਿਹੜਾ ਹੁਣ ਰੀਸੈਂਟ ਸਿਨੈਰੀਓ ਨੂੰ ਅਸੀਂ ਡਿਸਕਸ ਕਰਨਾ ਚਾਹਾਂਗੇ ਕਿ ਪੋਸਟ ਸਟੱਡੀ ਵਰਕ ਪਰਮਿਟ ਨੂੰ ਲੈ ਕੇ ਸਾਡੇ ਕੋਲ ਕਾਫੀ ਜ਼ਿਆਦਾ ਜਿਹੜੀ ਹੈਗੀ ਹੈ ਤਾਦਾਦ ਦੇ ਉੱਤੇ ਸਟੂਡੈਂਟਸ ਨੇ ਸਾਨੂੰ ਅਪਰੋਚ ਕੀਤਾ ਹੈ। ਹਾਂਜੀ। ਐਂਡ ਈਵਨ ਸਰ, ਅਸੀਂ ਅਗਰ ਹਾਈ ਕਮਿਸ਼ਨ ਦੇ ਨਾਲ ਵੀ ਇਸ ਚੀਜ਼ ਨੂੰ ਰਿਲੇਟ ਕਰੀਏ ਕਿ ਅਰਲੀਅਰ ਕੀ ਸੀਗਾ ਕਿ ਐਪਲੀਕੇਸ਼ਨ ਦਾ ਜਿਹੜਾ ਡਿਸੀਜਨ ਸੀਗਾ 2 ਜਾਂ 3 ਡੇਜ਼ ਦੇ ਵਿੱਚ ਆ ਰਿਹਾ ਸੀਗਾ, ਹੁਣ ਉਹਨਾਂ ਕੋਲ ਇੰਨੀ ਜ਼ਿਆਦਾ ਵੋਲਿਊਮ ਆਫ ਐਪਲੀਕੇਸ਼ਨ ਹੋ ਚੁੱਕਿਆ ਕਿ ਉਹਨਾਂ ਦਾ ਜਿਹੜਾ ਡਿਸੀਜਨ ਹੈ 3 ਤੋਂ 4 ਵੀਕਸ ਦੇ ਵਿੱਚ ਉਹ ਆਪਣਾ ਡਿਸੀਜਨ। ਮੇਰਾ ਅਗਲਾ ਸਵਾਲ ਇਹੀ ਸੀਗਾ ਵੀ ਪਹਿਲਾਂ ਹੁੰਦਾ ਸੀ ਬੜੀ ਜਲਦੀ ਡਿਸੀਜਨ ਆਉਂਦਾ ਸੀ ਬਿਕੋਜ਼ ਰਸ਼ ਘੱਟ ਸੀ, ਅੱਜ ਡਿਸੀਜਨ ਲੇਟ ਹੋ ਰਿਹਾ, ਉੱਥੋਂ ਪਤਾ ਲੱਗਦਾ ਵੀ ਸਟੂਡੈਂਟ ਕਿੰਨੇ ਜਾਣਾ ਚਾਹ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ। ਜਾਣਾ ਤਾਂ ਸਟੂਡੈਂਟ ਚਾਹੁੰਦਾ ਬਟ ਜਾ ਨਹੀਂ ਪਾਉਂਦਾ, ਉਹਦੇ ਕੁਝ ਕਾਰਨ ਹੁੰਦੇ ਨੇ, ਜਾਂ ਪ੍ਰੋਫਾਈਲ ਉਹਦੇ ਅਕੋਰਡਿੰਗ ਨਹੀਂ ਹੁੰਦੀ, ਜਾਂ ਉਹਨੂੰ ਗਾਈਡੈਂਸ ਪ੍ਰੋਪਰਲੀ ਨਹੀਂ ਮਿਲਦੀ ਐਜ਼ ਅ ਕੰਸਲਟੈਂਟ ਤੋਂ। ਬੜੇ ਕੇਸਿਸ ਸਾਹਮਣੇ ਆਏ ਤਨਵੀਰ ਜੀ ਵੀ ਜਿਨ੍ਹਾਂ ਦੀ ਪ੍ਰੋਫਾਈਲ ਬਹੁਤ ਅੱਛੀ ਹੈ, ਫੰਡਸ ਵੀ ਹੈ, ਹਰ ਚੀਜ਼ ਹੈ, ਗਾਈਡੈਂਸ ਸਹੀ ਨਾ ਹੋਣ ਕਰਕੇ ਰਿਜੈਕਸ਼ਨ ਦੋ। ਹਾਂਜੀ ਸਰ, ਹਾਂਜੀ, ਕਾਫੀ ਜ਼ਿਆਦਾ ਕੇਸਿਸ ਹੈ, ਇਸ ਲਈ ਸਰ ਅਸੀਂ ਆਪਣੇ ਸਟੂਡੈਂਟਸ ਨੂੰ ਇਹ ਮੀਡੀਅਮਸ ਦੇ ਥਰੂ ਅਸੀਂ ਹਮੇਸ਼ਾ ਇਸ ਚੀਜ਼ ਦਾ ਅਵੇਅਰ ਕਰਦੇ ਹਾਂ ਕਿ ਅਗਰ ਤੁਸੀਂ ਕੈਨੇਡਾ ਕੁਆਲੀਫਿਕੇਸ਼ਨ ਵਾਸਤੇ ਇੰਟਰਸਟਿਡ ਹੋ ਤਾਂ ਤੁਸੀਂ ਆਪਣੇ ਕੈਨੇਡਾ ਐਕਸਪਰਟ ਨੂੰ ਮਿਲੋ, ਨਿਊਜ਼ੀਲੈਂਡ ਐਕਸਪਰਟਸ ਅਸੀਂ ਵੀ ਹੈਗੇ ਹਾਂ, ਕਾਫੀ ਹੋਰ ਕੰਪਨੀਜ਼ ਵੀ ਹੈਗੀਆਂ, ਨਿਊਜ਼ੀਲੈਂਡ ਬਹੁਤ ਜ਼ਿਆਦਾ ਇੱਕ ਰਿਫਾਈਨਡ ਕੰਪਨੀ ਹੈ ਜਿਹਦੇ ਨਾਲ
ਤੁਹਾਨੂੰ ਅਗਰ ਤੁਸੀਂ ਨਿਊਜ਼ੀਲੈਂਡ ਕੁਆਲੀਫਿਕੇਸ਼ਨ ਵਾਸਤੇ ਇੰਟਰਸਟਿਡ ਹੈਗੇ ਤਾਂ ਤੁਹਾਨੂੰ ਕਾਫੀ ਜ਼ਿਆਦਾ ਰਿਫਾਈਨਡ ਇਨਫੋਰਮੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਸਿਟੀ ਨੂੰ ਲੈ ਕੇ, ਹਰ ਕੋਰਸ ਨੂੰ ਲੈ ਕੇ, ਹਰ ਕ੍ਰਾਈਟੀਰੀਆ ਨੂੰ ਲੈ ਕੇ, ਫੰਡਸ ਨੂੰ ਲੈ ਕੇ ਤੁਹਾਨੂੰ ਇੱਕ ਪ੍ਰੋਪਰ ਨੌਲੇਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ, ਇਹ ਕਈ ਵਾਰੀ ਫੰਡਸ ਨੂੰ ਲੈ ਕੇ ਬੜੀ ਵੱਡੀ ਪ੍ਰੋਬਲਮ ਆਉਂਦੀ, ਗਾਈਡੈਂਸ ਸਹੀ ਨਹੀਂ ਮਿਲਦੀ ਜਾਂ ਕੋਰਸ ਦੀ ਲੈ ਕੇ ਸਿਲੈਕਸ਼ਨ ਨੂੰ ਲੈ ਕੇ ਗਾਈਡੈਂਸ ਸਹੀ ਨਹੀਂ ਮਿਲਦੀ। ਬਟ ਇਹ ਇੱਕ ਐਸਾ ਪਲੇਟਫਾਰਮ ਹੈ ਮੈਡਵੇ ਜਿੱਥੇ ਹਰ ਇੱਕ ਚੀਜ਼ ਤੁਹਾਨੂੰ ਮਿਲਦੀ ਹੈ, ਬਿਕੋਜ਼ ਪਿਛਲੇ ਕਈ ਸਾਲਾਂ ਤੋਂ ਸਿਰਫ ਨਿਊਜ਼ੀਲੈਂਡ ਦੇ ਵਿੱਚ ਹੀ ਐਕਸਪਰਟਾਈਜ਼ ਹਾਸਿਲ ਕੀਤੀ ਹੈ। ਜਿਵੇਂ ਤਨਵੀਰ ਨੇ ਕਿਹਾ, ਹਰ ਇੱਕ ਕੰਟਰੀ ਦਾ ਇੱਕ ਅਲੱਗ ਐਕਸਪਰਟ ਹੈ, ਸੇਮ ਐਜ਼ ਅ ਡਾਕਟਰ। ਜੇ ਕੋਈ ਪ੍ਰੋਬਲਮ ਹੈ ਜਿਹੜਾ ਐਕਸਪੀਰੀਅੰਸ ਅਤੇ ਜਿਹੜਾ ਪਰਟੀਕੁਲਰ ਉਸ ਡਾਕਟਰ ਕੋਲ ਜਾਂਦੇ ਹੋ ਤਾਂ ਇਲਾਜ ਬੜਾ ਵਧੀਆ ਤਰ੍ਹਾਂ ਹੋ ਜਾਂਦਾ। ਮੈਡਵੇ ਅਲੱਗ ਅਲੱਗ ਸਮੇਂ 'ਤੇ ਸੈਮੀਨਾਰ ਵੀ ਅਰੇਂਜ ਕਰਦਾ ਆ, ਉਹਦੇ ਵਿੱਚ ਕਾਫੀ ਹੋਟਲਸ ਦੇ ਵਿੱਚ ਵੀ ਸੈਮੀਨਾਰ ਅਰੇਂਜ ਕੀਤੇ ਗਏ ਜਿਹਦੇ 'ਚ ਕਾਫੀ ਵੱਡੇ ਪੱਧਰ 'ਤੇ ਕਾਲਜ ਯੂਨੀਵਰਸਿਟੀ ਨੇ ਪਾਰਟੀਸਪੇਟ ਕੀਤਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਇਨ ਹਾਊਸ ਸੈਮੀਨਾਰ ਵੀ ਅਰੇਂਜ ਕੀਤੇ ਨੇ, ਜਿਹੜਾ ਕਿ 15 ਤਰੀਕ ਰਹੇਗਾ ਅੰਮ੍ਰਿਤਸਰ, 16 ਤਰੀਕ ਜਲੰਧਰ ਅਤੇ 17 ਤਰੀਕ ਚੰਡੀਗੜ੍ਹ। ਦਿੱਲੀ ਦੀ ਡੇਟਸ ਵੀ ਤੁਹਾਨੂੰ ਦੱਸ ਦਿੱਤੀਆਂ ਜਾਣਗੀਆਂ, ਬਟ ਫਿਲਹਾਲ 3 ਫਾਈਨਲ ਨੇ। ਹੁਣੇ ਤਾਂ ਸੈਮੀਨਾਰ ਕੀਤੇ ਸੀਗੇ ਦੇ ਸਾਰੇ ਰਿਪਰੈਜ਼ੈਂਟੇਟਿਵ ਆਏ ਸੀ ਜਸਟ ਰੀਸੈਂਟਲੀ ਅਗਸਤ ਦੇ ਵਿੱਚ ਹੀ ਸਾਡੇ ਸੈਮੀਨਾਰਸ ਹੋਏ ਸੀ, ਹੁਣ ਦੁਬਾਰਾ ਨਵੰਬਰ ਦੇ ਵਿੱਚ। ਹਾਂਜੀ, ਦੁਬਾਰਾ ਅਸੀਂ ਨਵੰਬਰ ਦੇ ਵਿੱਚ ਕੀ ਲੋਡ ਮਹਿਸੂਸ ਹੋਈ ਹੈ ਬਿਕੋਜ਼ ਇਸ ਚੀਜ਼ ਦੀ ਸਰ ਸਾਡੇ ਕੋਲ ਡਿਮਾਂਡ ਆਈ ਹੈ, ਸਾਨੂੰ ਸਟੂਡੈਂਟਸ ਨੇ ਵੀ ਅਪਰੋਚ ਕੀਤਾ। ਸਟੂਡੈਂਟਸ ਦੇ ਨਾਲ ਨਾਲ ਸਰ ਸਾਡੇ ਜਿੰਨੇ ਵੀ ਗੁੱਡ ਇੰਸਟੀਟਿਊਟਸ ਹੈਗੇ, ਗਵਰਨਮੈਂਟ ਫੰਡਡ ਇੰਸਟੀਟਿਊਟ, ਪ੍ਰਾਈਵੇਟ ਇੰਸਟੀਟਿਊਟ, ਪਲੱਸ ਯੂਨੀਵਰਸਿਟੀਜ਼ ਨੇ ਵੀ ਸਾਡੇ ਅਗਸਤ ਵਾਲੇ ਜਿਹੜੇ ਸੈਮੀਨਾਰਸ ਹੋਏ ਉਹਦੇ ਵਿੱਚ ਪਾਰਟੀਸਿਪੇਟ ਕੀਤਾ। ਉਹਨਾਂ ਦੀ ਹੀ ਸਰ ਅਸੀਂ ਕਹਿ ਸਕਦੇ ਹਾਂ ਕਿ ਉਹ ਖੁਦ ਵਿਲਿੰਗ ਸੀਗੇ ਕਿ ਅਸੀਂ ਮੈਡਵੇ ਐਜੂਕੇਸ਼ਨ ਦਾ ਫੇਅਰ ਇੱਕ ਹੋਰ ਆਰਗੇਨਾਈਜ਼ ਕਰਨਾ ਚਾਹੁੰਦੇ ਹਾਂ, ਕਿ ਉਹ ਆਪਣੇ ਸਾਡੇ ਜਿਹੜਾ ਵਾਕਿਨ ਸੀਗਾ ਉਸਨੂੰ ਲੈ ਕੇ ਉਹ ਇੰਨਾ ਕੁ ਸੈਟਿਸਫਾਈਡ ਸੀਗੇ, ਇੰਨਾ ਕੁ ਉਹਨਾਂ ਨੂੰ ਕੁਆਲਿਟੀ ਸਟੂਡੈਂਟਸ ਮਿਲਿਆ ਕਿ ਦੈਨ ਦੇ ਹੈਵ ਅਪਰੋਚ ਟਾਸਕ ਕਿ ਤੁਸੀਂ ਆਪਣਾ ਇੱਕ ਫੇਅਰ ਦੁਬਾਰਾ ਰੱਖੋ ਸੋ ਦੈਟ ਅਸੀਂ ਸਟੂਡੈਂਟਸ ਨੂੰ ਹੋਰ ਵੀ ਜ਼ਿਆਦਾ ਇਨਫੋਰਮੇਸ਼ਨ ਦੇ ਸਕੀਏ। ਐਂਡ ਮੋਰ ਓਵਰ ਸਰ, ਫੇਅਰਸ 'ਤੇ ਆਉਣ ਦਾ ਇੱਕ ਬੈਨੀਫਿਟ ਇਹ ਹੁੰਦਾ ਕਿ ਹਰ ਇੱਕ ਜਿਹੜਾ ਸਟੂਡੈਂਟ ਹੈਗਾ ਉਹ ਆਪਣੇ ਕਿਸੇ ਐਲਡਰ, ਆਪਣੇ ਪੇਰੈਂਟਸ ਨੂੰ, ਫਾਦਰ ਮਦਰ ਬ੍ਰਦਰ ਸਿਸਟਰ ਜਾਂ ਫਿਰ ਉਹਨਾਂ ਦਾ ਕੋਈ ਵੀ ਜਿਹੜਾ ਰਿਲੇਟਿਵ ਆਪਾਂ ਕਹਿ ਸਕਦੇ ਹਾਂ ਜੋ ਕਿ ਆਲਰੇਡੀ ਕਿਸੇ ਹੋਰ ਕੰਟਰੀ ਵਿੱਚ ਸੈਟਲਡ ਹੈ, ਉਹ ਉਹਨਾਂ ਦੇ ਨਾਲ ਆਉਂਦੇ ਆ। ਉਹਨਾਂ ਦੇ ਨਾਲ ਆਉਣ ਦਾ ਬੈਨੀਫਿਟ ਸਰ ਇਹ ਹੋ ਜਾਂਦਾ ਕਿ ਤੁਹਾਨੂੰ ਜਿਹੜਾ ਕੋਰਸ ਸਲੈਕਸ਼ਨ ਹੈਗਾ ਤੁਹਾਨੂੰ ਫੰਡਸ ਦੇ ਉੱਪਰ, ਇੱਕ ਤੁਸੀਂ ਅਗਰ ਇੱਕ ਕਾਊਂਸਲਰ ਦੇ ਨਾਲ ਤੁਸੀਂ ਬੈਠ ਕੇ ਇੱਕ ਪ੍ਰੋਪਰ ਡੀਟੇਲ ਦੇ ਨਾਲ ਤੁਸੀਂ ਅਗਰ ਇੱਕ ਗੱਲ ਕਰਦੇ ਹੋ ਤਾਂ ਉਹਦਾ ਇੰਪੈਕਟ ਹੀ ਇੱਕ ਅਲੱਗ ਹੁੰਦਾ ਹੈ। ਤੁਸੀਂ ਉਸ ਚੀਜ਼ ਦੀ ਅਨਾਲਿਸਿਸ ਜਿਹੜੀ ਹੈਗੀ ਉਹ ਪ੍ਰੋਪਰਲੀ ਤੁਸੀਂ ਕਰ ਸਕਦੇ ਹੋ ਆਪਣੇ ਪ੍ਰੋਫਾਈਲ ਨੂੰ ਲੈ ਕੇ ਕਿ ਕਿਹੜਾ ਕੋਰਸ ਸਾਡੇ ਲਈ ਸੂਟੇਬਲ ਰਹੇਗਾ, ਕਿਹੜੀ ਸਿਟੀ ਸਾਡੇ ਲਈ ਬੈਟਰ ਰਹੇਗੀ। ਬਿਕੋਜ਼ ਸਾਡੇ ਕੋਲ ਸਾਰੇ ਹੀ ਇੰਸਟੀਟਿਊਟਸ, ਆਲਮੋਸਟ ਸਾਰੇ ਹੀ ਅਸੀਂ ਯੂਨੀਵਰਸਿਟੀਜ਼ ਨਾਲ ਡੀਲ ਕਰਦੇ ਹਾਂ, ਅਸੀਂ ਗਵਰਨਮੈਂਟ ਫੰਡਡ ਇੰਸਟੀਟਿਊਟਸ ਨਾਲ ਡੀਲ ਕਰਦੇ ਹਾਂ, ਪਲੱਸ ਪ੍ਰਾਈਵੇਟ ਇੰਸਟੀਟਿਊਟ ਜੋ ਕਿ ਇਹ ਕੈਟਾਗਰਾਈਜ਼ ਇੰਸਟੀਟਿਊਟਸ ਆ ਉਹਨਾਂ ਦੇ ਨਾਲ ਅਸੀਂ ਡੀਲ ਕਰਦੇ ਹਾਂ। ਬਹੁਤ ਵੱਡੇ ਪੱਧਰ ਤੇ ਟਾਈ ਅਪਸ ਨੇ ਜਿਵੇਂ ਤੁਸੀਂ ਕਹਿੰਦੇ ਹੋ। ਹਾਂਜੀ, ਹੋਟਲਸ ਦੇ ਵਿੱਚ ਤਾਂ ਇੱਕ ਅਰੇਂਜਮੈਂਟ ਹੁੰਦਾ ਵੀ ਸਾਰੇ ਤੁਸੀਂ ਬਿਠਾ ਲਏ, ਆਫਿਸ ਦੇ ਵਿੱਚ ਕਿੰਨੇ ਕੁ ਜਿਹੜੇ ਇੰਸਟੀਚਿਊਟਸ ਜਾਂ ਯੂਨੀਵਰਸਿਟੀਜ਼ ਦੇ ਰਿਪ੍ਰੈਜ਼ੈਂਟੇਟਿਵ ਆਉਣਗੇ ਤੇ ਕੀ ਕੀ ਬੈਨੀਫਿਟਸ ਜਾਂ ਐਡਵਾਂਟੇਜਸ ਹੋਣਗੀਆਂ ਬੱਚਿਆਂ ਨੂੰ ਉੱਥੇ ਉਸ ਟਾਈਮ ਤੇ ਵਿਜ਼ਿਟ ਕਰਕੇ। ਹਾਂਜੀ ਸਰ, ਬੈਨੀਫਿਟਸ ਇਹ ਹੋ ਜਾਂਦਾ ਕਿ ਇੱਕ ਤਾਂ ਜਿਹੜੇ ਜੋ ਕਿ ਸਟੂਡੈਂਟਸ ਗੁੱਡ ਪ੍ਰੋਫਾਈਲ ਵਾਲੇ ਹੋ ਸਕਦੇ, ਗੁੱਡ ਪ੍ਰੋਫਾਈਲ ਇਨ ਦਾ ਸੈਂਸ ਰੀਸੈਂਟ ਤੁਸੀਂ ਪਾਸ ਆਊਟ ਹੈਗੇ, ਤੁਹਾਡਾ ਆਈਐਲਟੀਐਸ ਸਕੋਰ ਅੱਛਾ ਮੀਟ ਕਰ ਰਹੇ ਹੋ ਤੁਸੀਂ, ਅਸੀਂ ਸਕਾਲਰਸ਼ਿਪਸ ਅਵੇਲ ਕਰਵਾਵਾਂਗੇ। ਸੈਕਿੰਡਲੀ, ਤੁਹਾਨੂੰ ਔਨ ਸਪੋਟ ਆਫਰ ਲੈਟਰਸ ਵੀ ਇਸ਼ੂ ਹੋਣਗੇ, ਐਸਪਾਇਰ ਟੂ ਸਾਡੇ ਕੋਲ ਕਾਲਜ ਆਏਗਾ, ਤੋਹੀਓ ਮਾਈਕ ਜੋ ਕਿ ਗਵਰਨਮੈਂਟ ਫੰਡਡ ਇੰਸਟੀਟਿਊਟ ਹੈ, ਵਿੰਟੇਕ ਸਾਡੇ ਕੋਲ ਆਏਗਾ, ਐਰਾ ਇੰਸਟੀਟਿਊਟ ਸਾਡੇ ਕੋਲ ਆਏਗਾ। ਵੀ ਆਰ ਟਰਾਇੰਗ ਆਰ ਲੈਵਲ ਬੈਸਟ ਕਿ ਸਾਡੇ ਕੋਲ ਕੁਝ ਯੂਨੀਵਰਸਿਟੀਜ਼ ਵੀ ਆਉਣ, ਬਿਕੋਜ਼ ਅਗਰ ਅਸੀਂ ਮੈਡਵੇ ਦੀ ਗੱਲ ਕਰਦੇ ਤਾਂ ਮੈਡਵੇ ਇੱਕ ਬਹੁਤ ਹੀ ਜ਼ਿਆਦਾ ਔਰਗੇਨਾਈਜ਼ ਐਂਡ ਸੈਂਟਰਲਾਈਜ਼ਡ ਇੱਕ ਬ੍ਰਾਂਚ ਹੈਗੀ, ਇੱਕ ਆਫਿਸ ਹੈਗਾ। ਹਰ ਸਾਡਾ ਆਫਿਸ ਕਾਫੀ ਅੱਛੇ ਤਰੀਕੇ ਨਾਲ ਵੈਲ ਇਕਿਉਪਡ, ਵੈਲ ਮੇਨਟੇਨਡ ਹੈਗਾ, ਜਿਹਦੇ ਵਿੱਚ ਅਸੀਂ ਇੱਕ ਔਰਗੇਨਾਈਜ਼ ਕਰ ਸਕਦੇ ਹਾਂ, ਅਸੀਂ ਫੇਅਰ ਇੱਕ ਬਹੁਤ ਅੱਛੇ ਤਰੀਕੇ ਨਾਲ ਅਸੀਂ ਔਰਗੇਨਾਈਜ਼ ਉਹ ਹੋ ਸਕਦਾ ਜੀ। ਐਂਡ ਸੈਕਿੰਡਲੀ ਸਰ, ਇਹਦੇ ਨਾਲ ਮੈਂ ਇੱਕ ਹੋਰ ਪੁਆਇੰਟ ਐਡ ਕਰਨਾ ਚਾਹਾਂਗੀ ਕਿ ਜਿਹੜੇ ਵੀ ਸਪਾਊਸ ਕੇਸਿਸ ਨਾਲ ਰਿਲੇਟਡ ਸਟੂਡੈਂਟਸ ਹੈਗੇ ਉਹ ਸਾਨੂੰ ਜ਼ਰੂਰ ਅਪਰੋਚ ਕਰਨ, ਬਿਕੋਜ਼ ਸਾਡੇ ਜਿਹੜੇ ਆਪਣੇ ਲਾਇਸੈਂਸ ਐਡਵਾਈਜ਼ਰ ਹੈ ਉਹ ਵੀ ਉਸ ਟਾਈਮ 'ਤੇ ਉੱਥੇ ਮੌਜੂਦ ਹੋਣਗੇ।
ਸਪਾਊਸ ਨਾਲ ਰਿਲੇਟਡ ਵੀ ਜਿਹੜੇ ਉਹ ਸੇਮ ਔਨ ਦਾ ਸਪੌਟ ਪ੍ਰੋਪਰ ਅਸੈਸਮੈਂਟ ਹੋ ਜਾਏਗਾ। ਰਾਈਟ ਸਰ, ਰਾਈਟ। ਐਂਡ ਮਿਸਟਰ ਜਗਜੀਤ ਦੀ ਪ੍ਰੈਜ਼ੈਂਸ ਤੇ ਰਹੇਗੀ ਰਹੇਗੀ, ਸਰ ਵੀ ਉੱਥੇ ਹੋਣਗੇ। ਸੋ ਕਾਫੀ ਬੈਨੀਫਿਟਸ ਨੇ ਜੀ, ਔਨ ਸਪੌਟ ਆਫਰ ਵੀ ਹੈ, ਫਿਰ ਸਕਾਲਰਸ਼ਿਪਸ ਨੂੰ ਲੈ ਕੇ ਵੀ ਹੈ, ਫਿਰ ਸਿੱਧਾ ਤੁਸੀਂ ਰਿਪ੍ਰੈਜ਼ੈਂਟੇਟਿਵ ਨੂੰ ਵੀ ਮਿਲ ਸਕਦੇ ਹੋ ਇੱਕ ਟਾਈਮ ਤੇ। ਕਈ ਕਾਲਜਿਸ ਨਾਲ ਵੀ ਜੇ ਮਿਲਣਾ ਚਾਹੁੰਦੇ ਹੋ, ਆਪਣੀ ਅਲੱਗ ਅਲੱਗ ਆਪਸ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਦੇਖ ਸਕਦੇ ਹੋ। ਔਰ ਸਭ ਤੋਂ ਵੱਡੀ ਇੱਕ ਗੱਲ ਰਹਿੰਦੀ ਹੈ ਵੀ ਕਾਲਜਿਸ ਤਾਂ ਆ ਜਾਂਦੇ ਆ, ਰਿਪ੍ਰੈਜ਼ੈਂਟੇਟਿਵ ਵੀ ਆਉਂਦੇ ਆ। ਮੇਨ ਜਿਹੜੀ ਪ੍ਰੋਬਲਮ ਨਿਊਜ਼ੀਲੈਂਡ ਦੇ ਵਿੱਚ ਆਉਂਦੀ ਹੈ ਉਹ ਫੰਡਸ ਨੂੰ ਲੈ ਕੇ ਆਉਂਦੀ ਹੈ। ਪਤਾ ਨਹੀਂ ਹੁੰਦਾ ਕਿਹੜੇ ਕਿਹੜੇ ਐਕਸੈਪਟੇਬਲ ਨੇ, ਕਿਹੜੇ ਕਿਹੜੇ ਨਹੀਂ ਨੇ, ਕੀ ਫੰਡਸ ਨੂੰ ਲੈ ਕੇ ਵੀ ਕੋਈ ਗਾਈਡੈਂਸ ਪ੍ਰੋਪਰ ਟੀਮ ਰਹੇਗੀ? ਬਿਲਕੁਲ ਬਿਲਕੁਲ, ਸਾਡੇ ਸੀਨੀਅਰ ਕਾਉਂਸਲਰਸ ਹੋਣਗੇ, ਮੈਂ ਖੁਦ ਉੱਥੇ ਹੋਵਾਂਗੀ। ਜਿਹੜਾ ਵੀ ਕੋਈ ਸਟੂਡੈਂਟ ਫੰਡਸ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਲੈਣਾ ਚਾਹੁੰਦਾ, ਸਾਡੇ ਵੀਜ਼ਾ ਡਿਪਾਰਟਮੈਂਟ ਨਾਲ ਰਿਲੇਟਡ ਹੋਣਗੇ, ਕਾਉਂਸਲਰ ਸਾਡੇ ਹੋਣਗੇ, ਅਸੀਂ ਉਹਨਾਂ ਨੂੰ ਵੀ ਟਾਈਮ ਦੇਵਾਂਗੇ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਫੰਡਸ ਅਵੇਲੇਬਲ ਹੈ, ਤੁਸੀਂ ਕਿਸ ਤਰ੍ਹਾਂ ਆਰਗੇਨਾਈਜ਼ ਕਰਕੇ ਆਪਣੀ ਐਪਲੀਕੇਸ਼ਨ ਨੂੰ ਤੁਸੀਂ ਅੱਗੇ ਫਰਦਰ ਪ੍ਰੋਸੈਸ ਕਰਨਾ ਜੀ। ਸੋ ਫੰਡਸ ਨੂੰ ਲੈ ਕੇ ਵੀ ਗਾਈਡੈਂਸ ਪ੍ਰੋਪਰ ਜਿਹੜੀ ਆ ਉਹ ਤੁਹਾਨੂੰ ਰਹੇਗੀ। ਹਾਂਜੀ, ਕੁਛ ਖਾਸ ਜਿਹੜੇ ਸਟ੍ਰੀਮ ਨਾਲ ਰਿਲੇਟਿਡ ਬੱਚਿਆਂ ਨੂੰ ਕਹਿਣਾ ਚਾਹੋ ਵੀ ਉਹਨਾਂ ਲਈ ਕਾਫੀ ਬੈਨੀਫਿਟ ਹੈ, ਸਪੋਜ਼ ਬੀ ਟੈਕ ਵਾਲੇ ਨੇ, ਬੀ ਏ ਵਾਲੇ ਨੇ ਜਾਂ ਕੋਈ ਬੀ ਐਡ ਵਾਲਾ, ਕਿਹਨਾਂ ਨੂੰ ਖਾਸ ਜਿਹੜਾ ਪਲੱਸ ਟੂ ਵਾਲੇ ਸਟੂਡੈਂਟਸ ਜਿਹੜੇ ਹੋਗੇ ਆਲਰੇਡੀ, ਜਿਸ ਤਰ੍ਹਾਂ ਹੁਣ ਸਰ ਆਲ ਆਪਣੇ ਪੰਜਾਬ ਦੇ ਵਿੱਚ ਆਪਾਂ ਇੱਕ ਫਸਟ ਪ੍ਰੈਫਰੈਂਸ ਜਿਹੜੀ ਹੈਗੀ, ਆਈ ਡੋਂਟ ਨੋ, ਇੱਕ ਰਿਲੇਟਿਵਸ ਨੂੰ ਲੈ ਕੇ ਜਾਂ ਇੱਕ ਮਾਇੰਡ ਸੈਟ ਸਟੂਡੈਂਟਸ ਦਾ ਬਣਿਆ ਹੁੰਦਾ ਕਿ ਸਾਡਾ ਬੇਸ਼ੱਕ ਸਾਡੇ 50% ਮਾਰਕਸ ਹੈ, 5.5 ਬੈਂਡਸ ਹੈ, ਬਟ ਅਸੀਂ ਕੈਨੇਡਾ ਟ੍ਰਾਇਲ ਇੱਕ ਜ਼ਰੂਰ ਲੈਣਾ। ਉਸ ਤਰ੍ਹਾਂ ਦੇ ਸਟੂਡੈਂਟਸ ਨੂੰ ਸਰ ਖਾਸ ਕਰਕੇ ਮੈਂ ਇਨਵਾਈਟ ਕਰਨਾ ਚਾਹਾਂਗੀ ਕਿ ਤੁਸੀਂ ਸਾਨੂੰ ਜ਼ਰੂਰ ਮੌਕਾ ਦਿਓ, ਸਾਡੇ ਐਜੂਕੇਸ਼ਨ ਫੇਅਰਸ 'ਤੇ ਵਿਜ਼ਿਟ ਕਰੋ, ਅਸੀਂ ਪ੍ਰੋਪਰ ਲੋਕੇਸ਼ਨ ਵਗੈਰਾ ਜੋ ਵੀ ਹੈ ਸਾਡਾ ਟੈਲੀਕਾਸਟ ਹੋਏਗਾ ਟੀ ਵੀ ਦੇ ਉੱਪਰ, ਪਲੱਸ ਤੁਸੀਂ ਫੋਨਸ ਦੇ ਥਰੂ ਸਾਨੂੰ ਕੰਟੈਕਟ ਕਰ ਸਕਦੇ ਹੋ। ਉਸ ਤਰ੍ਹਾਂ ਦੀ ਪ੍ਰੋਫਾਈਲਸ ਜ਼ਰੂਰ ਸਾਨੂੰ ਵਿਜ਼ਿਟ ਕਰਨ, ਰਿਫਿਊਜ਼ਲ ਕੇਸਿਸ ਫਰੋਮ ਕੈਨੇਡਾ ਐਂਡ ਆਸਟ੍ਰੇਲੀਆ ਐਂਡ ਅਦਰ ਕੰਟਰੀਜ਼। ਕੈਨੇਡਾ ਰਿਫਿਊਜ਼ਲ ਜਿਹੜੇ ਨੇ, ਆਸਟ੍ਰੇਲੀਆ ਰਿਫਿਊਜ਼ਲ ਨੇ, ਉਹਨਾਂ ਲਈ ਐਡਵਾਂਟੇਜ ਬਿਕਾਜ਼ 5.5 ਦੇ ਨਾਲ ਰਿਲੇਟਡ, 43 PT ਨਾਲ ਰਿਲੇਟਡ ਸਾਡੇ ਕੋਲ ਕਾਫੀ ਜ਼ਿਆਦਾ ਅੱਛੇ ਕੋਰਸਿਸ ਦੀ ਆਪਸ਼ਨਸ ਹੈਗੇ। ਅਤਨ ਵਿੱਚ ਕਈ ਵਾਰੀ ਇਹ ਵੀ ਕੁਐਰੀ ਹੁੰਦੀ ਹੈ ਬੱਚੇ ਦੀ ਵੀ ਪਲੱਸ 2 ਕੀਤੀ ਹੈ ਬਟ ਵਿਦ ਸਪਾਊਸ ਜਾਣਾ ਚਾਹੁੰਦੇ ਨੇ, ਹਾਂਜੀ ਕੀ ਪੋਸਿਬਿਲਟੀ ਰਹਿੰਦੀ ਹੈ? ਸਰ ਉਹ ਪ੍ਰੋਫਾਈਲ ਟੂ ਪ੍ਰੋਫਾਈਲ ਹੀ ਡਿਪੈਂਡ ਕਰੇਗਾ ਕਿ ਜਿਹੜਾ ਸਪਾਊਸ ਹੈਗਾ ਉਹਦੇ ਵੀ ਕੀ ਕੁਆਲੀਫਿਕੇਸ਼ਨ ਹੈ, ਉਹਦਾ ਕੀ ਬੈਕਗ੍ਰਾਉਂਡ ਹੈ, ਉਹਦੇ ਨਾਲ ਰਿਲੇਟਡ ਜਿਹੜੇ ਹੈਗੇ ਸਾਡੇ ਲਾਇਸੈਂਸ ਐਡਵਾਈਜ਼ਰ ਉੱਥੇ ਮੌਜੂਦ ਹੋਣਗੇ, ਤਾਂ ਅਸੀਂ ਉਸ ਤਰ੍ਹਾਂ ਦੇ ਕੇਸਿਸ ਨੂੰ ਉਹਨਾਂ ਦੇ ਨਾਲ ਡੀਲ ਕਰਵਾ ਸਕਦੇ ਹਾਂ। ਤਾਂ ਤੁਹਾਨੂੰ ਹਰ ਤਰੀਕੇ ਦੀ ਉੱਥੇ ਜਿਹੜੀ ਹੈਗੀ ਹੈ ਸਰਵਿਸ ਮਿਲੇਗੀ, ਵੈਦਰ ਉਹ ਆਇਲਸ ਜਾਂ PT ਨਾਲ ਰਿਲੇਟਡ ਹੈ, ਉਹ ਵੀ ਤੁਹਾਨੂੰ ਸਰਵਿਸ ਉੱਥੇ ਮਿਲੇਗੀ। ਸੋ ਜਿਸ ਤਰ੍ਹਾਂ ਦੀ ਫੈਸਿਲਿਟੀਜ਼ ਦੱਸ ਰਹੇ ਨੇ, ਬੈਨੀਫਿਟਸ ਦੱਸ ਰਹੇ ਨੇ ਤਨਵੀਰ ਜੀ, ਉਸ ਹਿਸਾਬ ਨਾਲ ਕਾਫੀ ਰਸ਼ ਰਹਿਣ ਵਾਲਾ ਜੀ। ਮੈਂ ਇੱਕ ਵਾਰੀ ਜ਼ਰੂਰ ਕਹੂੰਗਾ ਆਪਣੀ ਅਪੁਆਇੰਟਮੈਂਟ ਜ਼ਰੂਰ ਬੁੱਕ ਕਰਵਾ ਲਿਓ, ਨੰਬਰ ਚੱਲ ਰਹੇ ਨੇ ਉਹ 'ਤੇ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਇੱਕ ਸਹੀ ਸਮੇਂ 'ਤੇ ਤੁਹਾਨੂੰ ਪ੍ਰੋਪਰਲੀ ਜਾਣਕਾਰੀ ਜਿਹੜੀ ਉਹ ਮਿਲ ਪਾਏ। ਐਂਡ ਇਸ ਟਾਈਮ 'ਤੇ ਸਰ ਮੈਂ ਇੱਕ ਹੋਰ ਪੁਆਇੰਟ ਵੀ ਐਡ ਕਰਨਾ ਚਾਹਾਂਗੀ ਕਿ ਇਸ ਟਾਈਮ ਦੇ ਵਿੱਚ ਇਟਸ ਓਨਲੀ ਮੈਡਵੇ ਐਜੂਕੇਸ਼ਨ ਕੰਸਲਟੈਂਸੀ ਜੋ ਕਿ ਇਹ ਇਨ ਹਾਊਸ ਫੇਅਰਸ ਜਿਹੜੇ ਹੈਗੇ ਔਰਗੇਨਾਈਜ਼ ਕਰ ਰਹੇ ਹੈ, ਓਨਲੀ ਔਨ ਦਾ ਸਪੈਸ਼ਲ ਡਿਮਾਂਡ ਆਫ ਸਟੂਡੈਂਟਸ ਪਲੱਸ ਦੇ ਇੰਸਟੀਟਿਊਟ ਜੀ। ਇਹਦੇ ਵਿੱਚ ਜਿਹੜੇ ਬੱਚੇ ਓਵਰਆਲ ਤਾਂ 5.5 ਨੇ, ਹਾਂਜੀ, ਇੱਕ ਚੋ ਕੋਈ ਮੋਡਿਊਲ ਚੋ ਘੱਟ ਰਹਿ ਗਏ ਜਾਂ ਦੋ ਚੋ ਘੱਟ ਰਹਿ ਗਏ, ਉਹਨਾਂ ਲਈ ਇੱਕ ਹੈ ਪਾਥਵੇ ਆਪਸ਼ਨਸ ਵੀ ਸਾਡੇ ਕੋਲ ਹੈ। ਆਲਮੋਸਟ ਅਸੀਂ ਆਪਣੇ ਪਿਛਲੇ ਸ਼ੋਜ਼ ਦੇ ਵਿੱਚ ਵੀ ਇਸ ਚੀਜ਼ ਨੂੰ ਹਾਈਲਾਈਟ ਕੀਤਾ ਐਂਡ ਸਾਡੇ ਕੋਲ ਕਾਫੀ ਅੱਛੀ ਐਪਲੀਕੇਸ਼ਨਸ ਵੀ ਪ੍ਰੋਸੈਸ ਹੋਈ ਹੈ। ਐਂਡ ਅਗਰ ਤੁਹਾਡੇ ਤੁਸੀਂ BTECH ਕੀਤੀ ਹੋਈ ਹੈ ਜਾਂ ਫਿਰ ਤੁਸੀਂ BCA ਕੀਤੀ ਹੋਈ ਹੈ, ਤੁਸੀਂ BCOM ਦੇ ਸਟੂਡੈਂਟ ਹੈਗੇ ਹੋ ਜਾਂ ਤੁਸੀਂ ਐਨੀ ਟੈਕਨੀਕਲ ਕੋਰਸ ਨਾਲ ਰਿਲੇਟਡ ਹੋ ਐਂਡ ਸਮ ਹਾਓ ਤੁਹਾਡੇ 5.5 ਨੇ, ਤੁਸੀਂ IELTS ਕੋਲ ਮੀਟ ਨਹੀਂ ਕਰ ਸਕਦੇ, ਤਾਂ ਸਾਨੂੰ ਤੁਸੀਂ ਜ਼ਰੂਰ ਅਪਰੋਚ ਕਰੋ ਬਿਕੋਜ਼ ਸਾਡੇ ਕੋਲ ਪਾਥਵੇ ਆਪਸ਼ਨਸ ਵੀ ਹੈਗੇ ਨੇ। ਕੁਛ ਸਟੂਡੈਂਟ ਨੇ ਜਿਹੜੇ ਆਲਰੇਡੀ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਮਾਸਟਰਸ ਤੋਂ ਬਾਅਦ ਉਹ ਆਪਣੀ ਕਿਸੇ ਜੋਬ ਦੇ ਵਿੱਚ ਬਿਜ਼ੀ ਸੀਗੇ, ਅੱਜ ਉਹਨਾਂ ਕੋਲ ਚਾਹੇ ਉਹ ਫਾਈਨੈਂਸ਼ਲੀ ਉਸ ਟਾਈਮ ਨਹੀਂ ਸੀਗੇ ਠੀਕ ਵੀ ਕਰ ਪਾਉਣ,
ਅੱਜ ਦੁਬਾਰਾ ਕੰਟੀਨਿਊ ਕਰਨਾ ਚਾਹੁੰਦੇ ਨੇ ਜੇ ਸਟੱਡੀ ਨੂੰ, ਜਸਟੀਫਿਕੇਸ਼ਨ ਹੈ? ਜਸਟੀਫਿਕੇਸ਼ਨ ਹੈ ਤਾਂ ਸਰ ਡੈਫੀਨੇਟਲੀ ਉਸ ਜਿਹੜੀ ਐਪਲੀਕੇਸ਼ਨਸ ਹੈਗੀ ਆ, ਜ਼ਰੂਰ ਉਸ ਚੀਜ਼ ਨੂੰ ਅਸੀਂ ਪ੍ਰੋਸੈਸ ਕਰ ਸਕਦੇ ਹਾਂ ਬਿਕੋਜ਼, ਬਟ ਪ੍ਰੋਪਰਲੀ ਅਸੀਂ ਪ੍ਰੋਪਰ ਜਿਹੜਾ ਐਪਲੀਕੇਸ਼ਨ ਹੈਗਾ ਉਹਦੀ ਐਨਾਲਿਸਿਸ ਕਰਕੇ ਹੀ ਅਸੀਂ ਸਟੂਡੈਂਟ ਨੂੰ ਦੱਸ ਸਕਦੇ ਹਾਂ। ਅਪ ਟੂ ਹਾਊ ਮੈਨੀ ਇਅਰਸ ਇਹ ਐਕਸੈਪਟੇਬਲ ਹੁੰਦਾ? ਐਕਸੈਪਟੇਬਲ ਸਰ ਅਗਰ ਤੁਹਾਡੇ ਕੋਲ ਪ੍ਰੋਪਰ ਜਸਟੀਫਿਕੇਸ਼ਨ ਹੈਗੀ, ਅਗਰ ਤੁਹਾਡੇ ਕੋਲ 15 ਸਾਲ ਦਾ ਵੀ ਐਕਸਪੀਰੀਅੰਸ ਹੈਗਾ, ਉਹ ਵਾਲੇ ਸਟੂਡੈਂਟਸ ਵੀ ਸਾਨੂੰ ਅਪਰੋਚ ਕਰ ਸਕਦੇ। ਮੈਟਰ ਨਹੀਂ ਕਰਦਾ? ਹਾਂਜੀ, ਉਹ ਮੈਟਰ ਨਹੀਂ ਕਰਦਾ। ਐਂਡ ਰੀਸੈਂਟਲੀ ਅਸੀਂ ਜਿਸ ਤਰ੍ਹਾਂ ਆਪਣੇ ਪਿਛਲੇ ਸ਼ੋਅਜ਼ ਦੇ ਵਿੱਚ ਵੀ ਇਸ ਚੀਜ਼ ਨੂੰ ਹਾਈਲਾਈਟ ਕੀਤਾ ਸੀ, ਕਾਫੀ ਅੱਛੇ ਸਟੂਡੈਂਟਸ ਨੇ ਸਾਨੂੰ ਅਪਰੋਚ ਕੀਤਾ, ਉਹਨਾਂ ਦੇ ਵੀਜ਼ਾਸ ਵੀ ਆਏ। ਐਂਡ ਮੋਰ ਓਵਰ ਕੁਝ ਸਟੂਡੈਂਟਸ ਜੋ ਆਲਰੇਡੀ ਨਿਊਜ਼ੀਲੈਂਡ ਜਾ ਚੁੱਕੇ ਸੀਗੇ, ਉਹਨਾਂ ਦਾ ਪੋਸਟ ਸਟੱਡੀ ਵਰਕ ਪਰਮਿਟ ਉਸ ਟਾਈਮ 'ਤੇ ਐਕਸਟੈਂਡ ਨਹੀਂ ਹੋਇਆ, ਐਂਡ ਉਹ ਸਮ ਹਾਓ ਕਿਸੇ ਨਾ ਕਿਸੇ ਰੀਜ਼ਨ ਤੋਂ ਇੰਡੀਆ ਵਾਪਸ ਆਏ, ਉਸ ਸਟੂਡੈਂਟਸ ਦੇ ਵੀ ਵੀਜ਼ਾ ਮੈਡਵੇ ਐਜੂਕੇਸ਼ਨ ਕੰਸਲਟੈਂਸੀ ਦੇ ਥਰੂ ਅਪਰੂਵ ਹੋਏ। ਹਾਂਜੀ, ਸੋ ਜਿਨ੍ਹਾਂ ਦੇ ਗੈਪ ਨੇ ਜੀ, ਜੋਬ ਕਰ ਰਹੇ ਹੋ ਤੁਸੀਂ, ਅੱਜ ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, ਤਾਂ ਮੈਡਵੇ ਤੁਹਾਡੀ ਹੈਲਪ ਕਰਨ ਨੂੰ ਤਿਆਰ ਹੈ। ਕਰਨਾ ਕੀ ਹੈ, ਫੋਨ ਚੈੱਕ ਕੇ ਉਹਨਾਂ ਨੂੰ ਅਪੁਆਇੰਟਮੈਂਟ ਲੈ ਕੇ ਮਿਲਣਾ, ਜਿਹੜਾ ਵੀ ਸ਼ਹਿਰ ਤੁਹਾਡੇ ਨੇੜੇ ਪੈਂਦਾ। 15 ਤਰੀਕ ਅੰਮ੍ਰਿਤਸਰ, 16 ਨਵੰਬਰ ਜਲੰਧਰ, ਅਤੇ 17 ਨੂੰ ਚੰਡੀਗੜ੍ਹ ਆਫਿਸ ਵਿਖੇ ਸੈਮੀਨਾਰ ਅਰੇਂਜ ਕੀਤਾ ਜਾ ਰਿਹਾ। ਉੱਥੇ ਪ੍ਰੋਪਰਲੀ ਤੁਹਾਨੂੰ ਫੰਡਸ ਨੂੰ ਲੈ ਕੇ ਵੀ ਗਾਈਡੈਂਸ ਮਿਲੇਗੀ, ਤੁਹਾਨੂੰ ਸਕਾਲਰਸ਼ਿਪਸ ਵੀ ਮਿਲਣਗੀਆਂ। ਅੱਛਾ, ਸਕਾਲਰਸ਼ਿਪਸ ਕੁਛ ਪਰਸੈਂਟੇਜ ਅਕੈਡਮਿਕ ਦੇ ਮੁਤਾਬਿਕ ਹੁੰਦੀਆਂ? ਹਾਂਜੀ, ਤੁਹਾਡਾ ਆਈਐਲਟੀਐਸ ਸਕੋਰ ਦੇਖਿਆ ਜਾਂਦਾ, ਤੁਹਾਡੀ ਪਰਸੈਂਟੇਜ ਦੇਖੀ ਜਾਂਦੀ, ਤੁਹਾਡੇ ਸਬਜੈਕਟਸ ਦੇਖੇ ਜਾਂਦੇ ਕਿ ਤੁਸੀਂ ਕਿਸ ਤਰ੍ਹਾਂ ਦੇ ਸਬਜੈਕਟ ਸਟੱਡੀ ਕੀਤੇ ਆਲਰੇਡੀ, ਮਤਲਬ ਤੁਹਾਡਾ ਕਿਹੜਾ ਟੈਕਨੀਕਲ ਕੋਰਸ ਤੁਸੀਂ ਆਲਰੇਡੀ ਇੱਥੇ ਸਟੱਡੀ ਕੀਤਾ, ਉਹਦੀ ਪ੍ਰੋਪਰ ਐਨਾਲਿਸਿਸ ਕਰਕੇ ਜਿਹੜੇ ਯੂਨੀਵਰਸਿਟੀਜ਼ ਹੈਗੇ ਉਹ ਸਕਾਲਰਸ਼ਿਪਸ ਜਾਂ ਫਿਰ ਪ੍ਰਾਈਵੇਟ ਇੰਸਟੀਟਿਊਟਸ ਪਲੱਸ ਗਵਰਨਮੈਂਟ ਇੰਸਟੀਟਿਊਟ ਸਮ ਹਾਓ ਕੁਛ ਨਾ ਕੁਛ ਸਕਾਲਰਸ਼ਿਪ ਜ਼ਰੂਰ ਸਟੂਡੈਂਟਸ ਨੂੰ ਦੇ ਰਹੇ। ਤਨਵੀਰ ਜੀ, ਜਦੋਂ ਤੁਸੀਂ ਸਕਾਲਰਸ਼ਿਪਸ ਦਿੰਦੇ ਹੋ, ਇਹਦੇ 'ਚ ਹੁੰਦਾ ਵੀ ਬੱਚਾ ਫਰੈਸ਼ਲੀ ਫਸਟ ਟਾਈਮ ਨਿਊਜ਼ੀਲੈਂਡ ਕਰ ਰਿਹਾ ਜਾਂ ਪਹਿਲੇ ਕੈਨੇਡਾ ਕੀਤਾ ਸੀਗਾ? ਉਹਦੇ 'ਚ ਨਥਿੰਗ ਲਾਈਕ ਦੈਟ, ਹਾਂਜੀ, ਐਸਾ ਕੁਛ ਨਹੀਂ। ਇੱਕ ਮੇਰੇ ਮਨ ਦੇ ਵੀ ਸਵਾਲ ਆ ਰਿਹਾ, ਜਿਵੇਂ ਤੁਸੀਂ ਕਿਹਾ ਸੀਗਾ ਵੀ ਰਿਜ਼ਲਟਸ ਵੀ ਲੇਟ ਹੋ ਰਹੇ ਨੇ ਬਿਕੋਜ਼ ਡਿਊ ਟੂ ਹੈਵੀ ਰਸ਼, ਕਾਫੀ ਬੱਚੇ ਇਸ ਟਾਈਮ ਜਿਹੜੇ ਇੰਟਰਸਟਿੰਗ ਨੇ, ਇੰਟਰਸਟ ਦਿਖਾ ਰਹੇ ਆ, ਕੀ ਆਫਰਸ ਨੂੰ ਲੈ ਕੇ ਵੀ ਲੇਟ ਹੋ ਰਹੀ ਹੈ? ਨਹੀਂ ਸਰ, ਆਫਰਸ ਨੂੰ ਲੈ ਕੇ ਕੋਈ ਡਿਲੇ ਨਹੀਂ ਹੈ। ਮੈਂ ਦੱਸਣਾ ਚਾਹਾਂਗੀ ਕਿ ਅਗਰ ਕੋਈ ਸਟੂਡੈਂਟ ਪ੍ਰਾਈਵੇਟ ਇੰਸਟੀਟਿਊਟ ਨੂੰ ਅਪਰੋਚ ਕਰਦੇ ਹਾਂ, 2 to 3 days ਦੇ ਵਿੱਚ ਉਹਦੀ ਆਫਰ ਆ ਜਾਂਦੀ ਹੈ। ਅਗਰ ਤੁਸੀਂ ਗਵਰਨਮੈਂਟ ਫੰਡਡ ਇੰਸਟੀਟਿਊਟ ਨੂੰ ਦੇਖਦੇ ਹੋ ਤਾਂ 5 to 6, ਔਰ ਯੂਨੀਵਰਸਿਟੀਜ਼ ਦੇ ਅਪਰੋਚ ਕਰਦੇ ਹੋ ਤਾਂ ਮੈਕਸੀਮਮ 2 weeks ਜਾਂ 1 week ਦਾ ਤੁਸੀਂ ਟਾਈਮ ਲੈ ਕੇ ਚੱਲੋ। ਆਫਰ ਲੈਟਰਸ ਦੇ ਵਿੱਚ ਕੋਈ ਡਿਲੇ ਨਹੀਂ। ਜਿਵੇਂ ਆਪਸ਼ਨ, ਅੱਜ ਹਰ ਬੱਚਾ ਜਦ ਚੇਂਜਿਸ ਆਈਆਂ ਲੈਣਾ ਚਾਹੁੰਦਾ ਆਊਟਸਾਈਡ ਦੈਟ ਆਕਲੈਂਡ, ਆਕਲੈਂਡ ਲੈਣਾ ਚਾਹੁੰਦਾ, ਤੇ ਜਿਹੜੇ ਤੁਹਾਡੇ ਕੋਲ ਰਿਪ੍ਰੈਜੈਂਟੇਟਿਵ ਜਾਂ ਕਾਲਜ ਰਿਪ੍ਰੈਜੈਂਟੇਟਿਵ ਆ ਰਹੇ ਨੇ ਸੈਮੀਨਾਰਸ ਦੇ ਵਿੱਚ, ਉਹ ਵੀ ਆਪਸ਼ਨਸ ਮਿਲਣਗੇ ਆਊਟਸਾਈਡ ਆਕਲੈਂਡ? ਹਾਂਜੀ ਹਾਂਜੀ, ਆਊਟਸਾਈਡ ਆਕਲੈਂਡ ਵੀ ਤੁਹਾਨੂੰ ਆਪਸ਼ਨਸ ਮਿਲਣਗੇ, ਪਲੱਸ ਤੁਹਾਨੂੰ ਇਨ ਆਕਲੈਂਡ ਵੀ ਆਪਸ਼ਨਸ ਮਿਲਣਗੇ। ਮੈਂ ਦੱਸਣਾ ਚਾਹਾਂਗੀ ਜਿਹੜੇ ਸਟੂਡੈਂਟਸ ਆਈਟੀ ਨਾਲ ਰਿਲੇਟਡ ਕੋਰਸਿਸ ਦੇਖਣਾ ਚਾਹੁੰਦੇ ਆ ਤਾਂ ਆਕਲੈਂਡ ਦੇ ਵਿੱਚ ਉਹਨਾਂ ਦੇ ਕੋਲ ਕਾਫੀ ਅੱਛੀ ਆਪਸ਼ਨਸ ਹੈ। ਕਲਾਊਡ ਕੰਪਿਊਟਿੰਗ ਨੂੰ ਲੈ ਸਕਦੇ ਆ, ਨੈਟਵਰਕਿੰਗ ਨੂੰ ਲੈ ਸਕਦੇ ਆ, ਯੂ ਨੋ ਕੰਪਿਊਟਰ ਇਨਫੋਰਮੇਸ਼ਨ ਸਿਸਟਮ ਨੂੰ ਦੇਖ ਸਕਦੇ ਨੇ। ਬਹੁਤ ਜ਼ਿਆਦਾ ਆਪਸ਼ਨਸ ਹੈ ਇਨਸਾਈਡ ਆਕਲੈਂਡ, ਆਕਲੈਂਡ ਵੀ ਪਲੱਸ ਆਊਟਸਾਈਡ ਆਕਲੈਂਡ ਤੇ। ਤਨਵੀਰ ਜੀ, ਜਿਵੇਂ ਤੁਸੀਂ ਪ੍ਰੋਪਰਲੀ ਸਾਰੀ ਟੀਮ ਨੂੰ ਮੈਨੇਜ ਕਰਦੇ ਹੋ, ਲੀਡ ਕਰਦੇ ਹੋ, ਰਾਈਟ ਸਰ, ਜਦ ਆਕਲੈਂਡ ਤੋਂ ਬਾਅਦ ਥੋੜ੍ਾ ਫੈਸਿਲਿਟੀਜ਼ ਦਿੱਤਾ ਗਿਆ, ਉਸ ਤੋਂ ਬਾਅਦ ਫਰਕ ਪਿਆ ਵੀ ਹਾਂ ਹੁਣ ਕੁਐਰੀ ਆਕਲੈਂਡ ਤੋਂ ਬਾਅਦ ਦੀਆਂ ਵਧੀਆ ਕਿ ਅੱਜ ਵੀ ਹੁੰਦਾ ਨਹੀਂ ਆਕਲੈਂਡ? ਨਹੀਂ ਸਰ, ਇਸ ਤਰ੍ਹਾਂ ਨਹੀਂ ਹੈ। ਕੁਐਰੀਜ਼ ਜਿਹੜੀਆਂ ਹੈਗੇ ਕਾਫੀ ਜ਼ਿਆਦਾ ਆਊਟਰ ਆਕਲੈਂਡ ਦੀਆਂ ਇਨਕਰੀਜ਼ ਹੋਈਆਂ। ਇਨਫੈਕਟ ਅਗਰ ਮੈਂ ਓਵਰਆਲ ਸਿਨੈਰੀਓ ਦੇਖਾਂ ਤਾਂ ਓਵਰਆਲ ਹੀ ਨਿਊਜ਼ੀਲੈਂਡ ਨੂੰ ਲੈ ਕੇ ਕਾਫੀ ਜ਼ਿਆਦਾ ਇਨਕੁਆਇਰੀਜ਼ ਇਨਕਰੀਜ਼ ਹੋ ਗਈ ਜੀ। ਅੱਜ ਜਿਹੜੇ ਪੇਰੈਂਟਸ ਤੁਹਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਸੁਣ ਰਹੇ ਨੇ, ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਸੈਮੀਨਾਰਸ ਨੂੰ ਲੈ ਕੇ ਤੇ ਉਹਨਾਂ ਦੀ ਆਉਣ ਦੇ ਇਨਵੋਲਵਮੈਂਟ ਨੂੰ ਲੈ ਕੇ? ਹਾਂਜੀ ਸਰ, ਮੈਂ ਪੇਰੈਂਟਸ ਨੂੰ ਦੱਸਣਾ ਚਾਹਾਂਗੀ, ਉਹਨਾਂ ਦੇ ਬ੍ਰਦਰ ਸਿਸਟਰਸ ਐਲਡਰਸ ਨੂੰ ਜਾਂ ਐਨੀ ਆਫ ਦ ਰਿਲੇਟਿਵਸ ਨੂੰ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ ਸੈਮੀਨਾਰਸ ਨੂੰ ਜ਼ਰੂਰ ਵਿਜ਼ਿਟ ਕਰੋ। ਉਹਦਾ ਤੁਹਾਨੂੰ ਪਲੱਸ ਪੁਆਇੰਟ ਹੀ ਰਹੇਗਾ। ਜੋ ਵੀ ਤੁਹਾਡੇ ਬੱਚੇ ਹੈਗੇ ਆ, ਤੁਸੀਂ ਉਹਨਾਂ ਦੇ ਡਾਕੂਮੈਂਟੇਸ਼ਨ ਜ਼ਰੂਰ ਆਪਣੇ ਨਾਲ ਕੈਰੀ ਕਰੋ, ਸੋ ਦੈਟ ਜਿਹੜਾ ਉਹਨਾਂ ਦਾ ਪ੍ਰੋਸੈਸਿੰਗ ਹੈ, ਐਨਾਲਿਸਿਸ ਹੈਗਾ, ਉਹ ਤੁਹਾਨੂੰ ਔਨ ਦਾ ਸਪੋਟ ਅਸੀਂ ਸਾਰੀ ਇਨਫੋਰਮੇਸ਼ਨ ਦੇ ਸਕੀਏ। ਕਈ ਵਾਰ ਕੀ ਹੁੰਦਾ ਸਰ, ਸਟੂਡੈਂਟਸ ਆ ਜਾਂਦੇ ਆ ਬਟ ਆਈ ਡੋਂਟ ਨੋ, ਹੈਜੀਟੇਟ ਕਰਦੇ ਆਪਣੇ ਡਾਕੂਮੈਂਟਸ ਸ਼ੋਅ ਕਰਨ ਨੂੰ,
ਆਪਣੀ ਫੋਟੋ ਕਾਪੀਜ਼ ਨੂੰ ਸਬਮਿਟ ਕਰਾਉਣ ਨੂੰ, ਉਹਦੇ ਵਿੱਚ ਕੀ ਹੁੰਦਾ ਐਪਲੀਕੇਸ਼ਨ ਦੇ ਵਿੱਚ ਸਰ ਡਿਲੇ ਆ ਜਾਂਦਾ। ਨਹੀਂ ਉਹ ਸਾਡੇ ਪੰਜਾਬ ਵਾਲੇ ਜਿਹੜਾ ਨੇ ਡਰਾਇਆ ਹੋਇਆ ਜੀ, ਉਹ ਰੱਖ ਲੈਂਦੇ ਆ, ਫਿਰ ਉਸ ਤੋਂ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਅਪਲਾਈ ਕਰ। ਐਪਲੀਕੇਸ਼ਨ ਦੇ ਵਿੱਚ ਐਸਾ ਕੁਝ ਨਹੀਂ ਹੈ। ਤੁਹਾਡੀ ਨਹੀਂ ਗੱਲ ਕੀਤੀ, ਮੈਂ ਉਹਦੀ ਵਜ੍ਹਾ ਦੱਸੀ ਹੈ ਕਿਉਂਕਿ ਬੱਚਿਆਂ ਨਾਲ ਕਈ ਵਾਰ ਸਵਾਲ ਹੁੰਦਾ, ਤੁਸੀਂ ਆਪਣੀ ਜਗ੍ਹਾ ਠੀਕ ਹੋ, ਅਸੈਸਮੈਂਟ ਨਹੀਂ ਪ੍ਰੋਪਰ ਹੋ ਪਾਉਂਦੀ ਜਦ ਤੱਕ ਹਰ ਚੀਜ਼ ਸਾਹਮਣੇ ਨਹੀਂ ਹੈ। ਬਟ ਚਾਹੀਦਾ ਬੱਚੇ ਨੂੰ ਜਿਹੜੇ ਤੇ ਵਿਸ਼ਵਾਸ ਹੈ ਉਹਨੂੰ ਡਾਕੂਮੈਂਟ ਦੇ ਵੀ ਸਕਦੇ ਹਾਂ। ਅਸੀਂ ਜਿਹੜਾ ਹੈਗਾ ਫੋਟੋ ਸਟੇਟ, ਅਸੀਂ ਤਾਂ ਪ੍ਰੈਫਰ ਕਰਦੇ ਕਿ ਠੀਕ ਹੈ ਤੁਸੀਂ ਆਪਣੇ ਫੋਟੋ ਸਟੇਟ ਲੈ ਕੇ ਆਓ, ਅਸੀਂ ਉਹਦੇ ਉੱਪਰ ਤੁਹਾਨੂੰ ਪ੍ਰੋਪਰ ਲਿਖ ਕੇ ਦਾਂਗੇ, ਸੋ ਦੈਟ ਤੁਸੀਂ ਵੀ ਘਰ ਜਾ ਕੇ ਆਪਣੀ ਸਟੱਡੀ ਕਰ ਸਕਦੇ ਹੋ। ਐਂਡ ਸਾਨੂੰ ਵੀ ਹੋਏਗਾ ਕਿ ਅੱਛਾ ਇਹ ਸਟੂਡੈਂਟ ਹੈਗੇ, ਅਸੀਂ ਉਹਨੂੰ ਇਹ ਆਪਸ਼ਨ ਦਿੱਤੀ ਹੈ, ਉਹਦੀ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਹੈਗਾ ਓਵਰਆਲ ਜਿਹੜਾ ਟਾਈਮਿੰਗ ਹੈਗਾ ਉਹ ਆਪਾਂ ਸਕੁਈਜ਼ ਕਰ ਸਕਦੇ ਹਾਂ, ਕੰਪਰੈਸਡ ਹੋ ਜਾਏਗਾ ਉਹ ਟਾਈਮਿੰਗ। ਹਾਂਜੀ, ਟਾਈਮਿੰਗਸ ਕੀ ਰਹਿਣਗੀਆਂ? ਟਾਈਮਿੰਗ ਸਰ ਲੇਟਰ ਔਨ ਅਸੀਂ ਜ਼ਰੂਰ ਮੈਂਸ਼ਨ ਕਰਾਂਗੇ, ਬਟ 10 to ਰਹੇਗਾ, 4 PM 10 to 4। ਹਾਂਜੀ, 10 to 4। ਬਿਲਕੁਲ, ਮੈਂ ਤਨਵੀਰ ਜੀ ਦੀ ਗੱਲ ਨਾਲ ਸਹਿਮਤ ਹਾਂ ਇੱਥੇ, ਕਿਉਂਕਿ ਜਦੋਂ 3 ਸ਼ਹਿਰਾਂ ਦੇ ਵਿੱਚ ਸੈਮੀਨਾਰ ਨੇ, ਕਿੰਨੇ ਹੀ ਬੱਚਿਆਂ ਨੇ ਉਹਦੇ ਵਿੱਚ ਆਉਣਾ, ਅਤੇ ਬਾਅਦ ਦੇ ਵਿੱਚ ਤੁਸੀਂ ਕਾਲ ਕਰਕੇ ਕਹੋ ਮੈਂ ਮੇਰਾ ਫਲਾਣਾ ਨਾਮ ਹੈ ਜੀ, ਤੁਸੀਂ ਆਹ ਦੱਸਿਆ ਸੀ, ਤਾਂ ਉਸ ਟਾਈਮ ਉਸ ਚੀਜ਼ ਨੂੰ ਯਾਦ ਰੱਖ ਪਾਉਣਾ ਬਿਨਾਂ ਕਾਗਜ਼ਾਂ ਤੋਂ ਉਹ ਪੋਸੀਬਲ ਨਹੀਂ ਹੁੰਦਾ। ਸੋ ਬਿਲਕੁਲ ਠੀਕ ਹੈ ਤਨਵੀਰ ਜੀ ਦੀ ਗੱਲ ਵੀ, ਫੋਟੋ ਸਟੇਟ ਚਾਹੇ ਲੈ ਕੇ ਆਓ, ਉਹ ਲੈ ਵੀ ਜਾਓ ਤੁਸੀਂ ਨਾਲ ਵਾਪਸ, ਆਪਣੀਆਂ ਆਪਸ਼ਨਸ ਲਿਖਾ ਕੇ ਦੀ ਡਿਟੇਲ ਵੀ ਸਰ ਉਹ ਇੱਕ ਪੇਜ ਦੇ ਉੱਪਰ ਲਿਖ ਕੇ ਲੈ ਕੇ ਆ ਸਕਦੇ, ਸੋ ਦੈਟ ਅਸੀਂ ਉਹਨਾਂ ਨੂੰ ਔਨ ਦਾ ਸਪੌਟ ਹੀ ਗਾਈਡ ਕਰ ਸਕਦੇ ਹਾਂ ਕਿ ਇਹ ਵਾਲੇ ਫੰਡਸ ਅਸੈਪਟੇਬਲ ਹੈ ਜਾਂ ਨਹੀਂ ਅਸੈਪਟੇਬਲ, ਜਾਂ ਫਿਰ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਆਰਗੇਨਾਈਜ਼ ਕਰਨਾ, ਕੀ ਕੀ ਲੈ ਕੇ ਆਉਣ, ਕੀ ਕੀ ਲੈ ਕੇ ਆਉਣ ਫੰਡਸ, ਡਾਕੂਮੈਂਟੇਸ਼ਨ ਸਰ ਫੰਡਸ ਨਾਲ, ਬੇਸ਼ੱਕ ਉਹ ਲਿਖ ਕੇ ਹੀ ਲੈ ਆਉਣ, ਸਾਡੇ ਕੋਲ ਇਹਨੇ ਲੱਗਤੀ FD ਪਈ ਹੈ ਜਾਂ ਇਹ ਸੇਵਿੰਗ ਅਕਾਊਂਟ 'ਚ ਇਹ ਪੈਸਾ ਪਿਆ, ਜਾਂ ਸਾਡੇ ਕੋਲ ਇਹ ਸਾਡਾ ਜਿਹੜਾ ਹੈਗਾ ਸਾਡਾ ਪੇਮੈਂਟ ਪਲਾਨ ਹੈਗਾ ਉਸ ਨਾਲ ਰਿਲੇਟਡ ਵੀ ਉਹ ਆਪਣੇ ਡਾਕੂਮੈਂਟੇਸ਼ਨ ਲੈ ਕੇ ਆ ਸਕਦੇ, ਆਈਟੀਆਰਸ ਨਾਲ ਰਿਲੇਟਡ ਸਾਨੂੰ ਤੁਸੀਂ ਔਨ ਦਾ ਸਪੋਟ ਇਨਫੋਰਮੇਸ਼ਨ ਦੇ ਸਕਦੇ ਹੋ, ਸੋ ਦੈਟ ਉਹਨਾਂ ਦਾ ਜਿਹੜਾ ਟਾਈਮ ਉਹਨਾਂ ਦਾ ਵੀ ਸੇਵ ਹੋਏਗਾ, ਪਲੱਸ ਸਾਡਾ ਵੀ ਸੇਵ ਹੋਏਗਾ। ਕਾਫੀ ਬਿਜ਼ਨਸਮੈਨ ਦੇ ਬੱਚੇ ਨੇ ਜਿਨ੍ਹਾਂ ਦੀ ਬੈਂਕ ਤੋਂ ਬਿਜ਼ਨਸ ਲਈ ਲਿਮਿਟਸ ਬਣੀਆਂ ਹੋਈਆਂ, ਰਾਈਟ ਸਰ, ਦੈਟਸ ਅਪ ਟੂ 1 crore 2 crore or 3 crore, ਰਾਈਟ ਸਰ, ਉਹ ਵੀ ਐਕਸੈਪਟੇਬਲ ਹੈ? ਨੋ ਸਰ, ਨਿਊਜ਼ੀਲੈਂਡ ਦੇ ਵਿੱਚ ਕੋਈ ਲਿਮਿਟ, ਕਿ ਕਾਫੀ ਬਿਜ਼ਨਸਮੈਨ ਵੀ ਪੁੱਛ ਲੈਂਦੇ ਨਹੀਂ ਸਾਡੀ ਲਿਮਿਟ ਹੈਗੀ ਹੈ ਜੀ। ਹਾਂਜੀ, ਇਸ ਲਈ ਮੈਂ ਇਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰ ਰਹੀ ਹਾਂ ਕਿ ਅਗਰ ਤੁਹਾਡੇ ਕੋਲ ਜਿਸ ਫੋਰਮ ਦੇ ਵਿੱਚ ਵੀ ਪੈਸਾ ਹੈਗਾ ਤੁਸੀਂ ਸਾਡੇ ਨਾਲ ਉਹ ਚੀਜ਼ ਜ਼ਰੂਰ ਡਿਸਕਲੋਜ਼ ਕਰੋ, ਸੋ ਦੈਟ ਅਸੀਂ ਤੁਹਾਨੂੰ ਦੱਸ ਸਕੀਏ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਆਰਗੇਨਾਈਜ਼ ਕਰਕੇ ਤੁਸੀਂ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜ ਸਕਦੇ ਜੀ। ਸੋ ਨਿਊਜ਼ੀਲੈਂਡ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਜੀ, ENZ ਆਰੇ ਮੈਂਬਰ ਮੈਡਵੇ ਜਗਜੀਤ ਜੀ ਦੀ ਟੀਮ ਤੁਹਾਡੇ ਹੈਲਪ ਕਰਨ ਨੂੰ ਤਿਆਰ ਹੈ, ਉਹ ਚਾਹੇ ਤੁਸੀਂ ਇਹਨਾਂ ਦੇ ਕਿਸੇ ਵੀ ਆਫਿਸ ਵਿਜ਼ਿਟ ਕਰ ਲਓ ਜਾਂ ਇਹਨਾਂ ਦੇ ਫੋਨ ਕਾਲ 'ਤੇ ਅਪੁਆਇੰਟਮੈਂਟ ਲੈ ਕੇ ਮਿਲ ਲਓ। ਤੁਹਾਡੇ ਲਈ ਸਪੈਸ਼ਲੀ ਜਿਵੇਂ ਤਨਵੀਰ ਜੀ ਨੇ ਕਿਹਾ ਔਨ ਡਿਮਾਂਡ ਸੈਮੀਨਾਰ ਅਰੇਂਜ ਕੀਤਾ ਗਿਆ ਜਿਹੜਾ ਕਿ 3 ਸ਼ਹਿਰਾਂ ਦੇ ਵਿੱਚ ਇਨ ਹਾਊਸ ਰਹੇਗਾ, ਕੋਈ ਹੋਟਲ ਦੇ ਵਿੱਚ ਨਹੀਂ ਰਹਿਣਗੇ, ਬਟ ਰਿਪ੍ਰੈਜੈਂਟੇਟਿਵ ਵਿਜ਼ਿਟ ਕਰਨਗੇ। ਤੁਸੀਂ ਆਪਣੀ ਪ੍ਰੋਫਾਈਲ, ਆਪਣੇ ਫੰਡਸ, ਆਪਣੇ ਸਪਾਊਸ ਨੂੰ ਲੈ ਕੇ ਕੋਈ ਵੀ ਕੁਐਰੀ ਹੈ ਉਹ ਕਰ ਸਕਦੇ ਹੋ, ਕਿਉਂਕਿ LIA ਜਿਹੜੇ ਇਹਨਾਂ ਨਾਲ ਪੈਨਲ 'ਤੇ ਨੇ ਉਹ ਵੀ ਉੱਥੇ ਮੌਜੂਦ ਰਹਿਣਗੇ ਜਗਜੀਤ ਜੀ ਦੇ ਨਾਲ। 15 ਤਰੀਕ ਅੰਮ੍ਰਿਤਸਰ ਆਫਿਸ, 16 ਤਰੀਕ ਜਲੰਧਰ ਆਫਿਸ ਅਤੇ 17 ਤਰੀਕ ਚੰਡੀਗੜ੍ਹ ਆਫਿਸ। 10 to 4 PM ਦਾ ਸਮਾਂ ਰਹੇਗਾ, ਤੁਸੀਂ ਉਹਦੇ 'ਚ ਵਿਜ਼ਿਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਕੁਛ ਸਟੂਡੈਂਟ ਤੁਹਾਨੂੰ ਮਿਲਾਉਣਾ ਚਾਹੁੰਦੇ ਜਿਹੜੇ ਆਲਰੇਡੀ ਸਰਵਿਸਿਜ਼ ਲੈ ਚੁੱਕੇ ਨੇ ਮੈਡਵੇ ਦੁਆਰਾ, ਕਿਵੇਂ ਉਹਨਾਂ ਦਾ ਐਕਸਪੀਰੀਅੰਸ ਰਿਹਾ, ਕੀ ਉਹਨਾਂ ਦਾ ਕਹਿਣਾ ਮੈਡਵੇ ਬਾਰੇ, ਆਓ ਮਿਲ ਕੇ ਜਾਣਦੇ ਹਾਂ। ਹੈਲੋ ਫਰੈਂਡਸ, ਮੇਰਾ ਨਾਮ ਗਗਨਦੀਪ ਸਿੰਘ ਹੈ, ਮੈਂ ਰਈਆ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਮੈਂ ਆਪਣੀ +2 2015 ਦੇ ਵਿੱਚ ਕੰਪਲੀਟ ਕੀਤੀ ਸੀ, ਉਸ ਤੋਂ ਬਾਅਦ ਮੈਂ ਆਪਣਾ ਡਿਪਲੋਮਾ ਕੀਤਾ ਇਨ ਹੋਸਪਿਟੈਲਿਟੀ ਮੈਨੇਜਮੈਂਟ ਫਰੋਮ ਸਿੰਗਾਪੁਰ ਦੇ ਵਿੱਚੋਂ 2018 ਦੇ ਵਿੱਚ। ਉਸ ਤੋਂ ਬਾਅਦ ਆਈ ਕੰਪਲੀਟਿਡ ਮਾਈ ਆਇਲਸ ਇਨ 2018 ਆਲਸੋ ਐਂਡ ਆਈ ਗੋਟ 6 bands। ਅਤੇ ਉਸ ਤੋਂ ਬਾਅਦ ਮੈਂ TV ਦੇ ਵਿੱਚ ਸ਼ੋਅ ਦੇਖਿਆ ਜਗਜੀਤ ਸਿੰਘ ਸਰ ਦਾ ਮਿਡਵੇ ਐਜੂਕੇਸ਼ਨ ਵਾਲਿਆਂ ਦਾ, ਅਤੇ ਮੇਰੇ ਮਦਰ ਨੇ ਗਾਈਡ ਕੀਤਾ ਮੈਨੂੰ ਕਿ ਇਹਨਾਂ ਕੋਲੋਂ ਆਪਾਂ ਅਪਲਾਈ ਕਰਦੇ ਹਾਂ। ਅਤੇ ਦੈਨ ਇੱਥੇ ਆ ਕੇ ਮੈਂ ਮਨਮੀਤ ਮੈਮ ਨੂੰ ਮਿਲਿਆ, ਜਿਨ੍ਹਾਂ ਨੇ ਮੈਨੂੰ ਫੁੱਲ ਗਾਈਡੈਂਸ ਗਾਈਡ ਕੀਤਾ ਮੈਨੂੰ ਅਬਾਊਟ ਮਾਈ ਕੋਰਸ,
ਮੇਰੀ ਲੋਕੇਸ਼ਨ ਬਾਰੇ ਕਿੱਥੇ ਮੈਨੂੰ ਜਾਣਾ ਚਾਹੀਦਾ, ਕਿੱਥੇ ਮੈਨੂੰ ਫੁੱਲ ਸੈਟਿਸਫੈਕਸ਼ਨ ਮਿਲਦੀ ਹੈ। ਅਤੇ ਦੈਨ ਮੈਂ ਅਪਲਾਈ ਕੀਤਾ ਇਹਨਾਂ ਕੋਲੋਂ, ਅਤੇ ਇਹਨਾਂ ਦਾ ਕੋਈ ਵੀ ਚਾਰਜਿਸ ਨਹੀਂ ਸੀਗਾ, ਨਾ ਪਹਿਲਾਂ ਅਤੇ ਨਾ ਹੀ ਬਾਅਦ। ਇਨ 2 ਵੀਕਸ ਆਈ ਗੋਟ ਮਾਈ ਵੀਜ਼ਾ, ਇਹ ਮੇਰਾ ਵੀਜ਼ਾ ਹੈ, ਈ ਵੀਜ਼ਾ ਜਿਹੜਾ ਮਿਲਿਆ ਮੈਨੂੰ। ਅਤੇ ਜੇ ਮੇਰਾ ਕੋਈ ਹੋਰ ਵੀ ਫਰੈਂਡ ਜਾਣਾ ਚਾਹੁੰਦਾ ਹੈ ਫੋਰਨ ਦੇ ਵਿੱਚ, ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਉਹ ਮਸਟ ਵਿਜ਼ਿਟ ਇਨ ਮਿਡਵੇ ਐਜੂਕੇਸ਼ਨ, ਇਹਨਾਂ ਦੀ ਬਹੁਤ ਵਧੀਆ ਹੈ ਵੀਜ਼ਾ। ਹੈਲੋ ਫਰੈਂਡਸ, ਮੇਰਾ ਨਾਮ ਹਰਮਨਦੀਪ ਸਿੰਘ ਹੈ, ਮੈਂ ਮੁੰਬਈ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ। ਅਤੇ ਮੈਂ ਪਲੱਸ ਟੂ 2017 ਕੀਤੀ, ਉਹਦੇ ਬਾਅਦ ਮੇਰੇ ਆਈਲੈਟਸ 5.5 ਬੈਂਡ ਆਏ, ਅਤੇ ਬਾਅਦ 'ਚ ਮੇਰੇ ਇੱਕ ਫਰੈਂਡ ਨੇ ਮੈਡਵੇ ਬਾਰੇ ਸੁਜੈਸਟ ਕੀਤਾ, ਅਤੇ ਉਹ ਜਿਹਦਾ ਉਹਦਾ ਹੀ ਵੀਜ਼ਾ ਇੱਥੋਂ ਮੈਡਵੇ ਤੋਂ ਹੀ ਲੱਗਾ ਸੀ। ਫਿਰ ਮੈਂ ਇੱਥੇ ਆ ਕੇ ਸ਼ਾਂਸੀ ਮੈਮ ਨੂੰ ਮਿਲਿਆ, ਅਤੇ ਉਹਨਾਂ ਨੇ ਮੇਰੀ ਬਹੁਤ ਵਧੀਆ ਫਾਈਲ ਰੈਡੀ ਕੀਤੀ, ਅਤੇ ਮੈਨੂੰ ਬੜੇ ਵਧੀਆ ਤਰੀਕੇ ਨਾਲ ਗਾਈਡ ਕੀਤਾ। ਅਤੇ ਜਦੋਂ ਫਾਈਲ ਲਾਂਚ ਕਰਨ ਤੋਂ ਬਾਅਦ 2 ਵੀਕ ਵਿੱਚ ਮੇਰਾ ਵੀਜ਼ਾ ਆ ਗਿਆ, ਆਹ ਦੇਖ ਸਕਦੇ ਮੇਰਾ ਵੀਜ਼ਾ। ਅਤੇ ਮੈਂ ਤੁਹਾਨੂੰ ਮੇਰੇ ਫਰੈਂਡ ਹੋਰ ਵੀ ਫਰੈਂਡ ਨੂੰ ਸੁਜੈਸਟ ਕਰਦਾ ਕਿ ਜਿੰਨੇ ਵੀ ਆਪਦਾ ਵੀਜ਼ਾ ਲਾਉਣਾ ਮੈਡਵੇ ਤੋਂ ਜਲੰਧਰ ਜ਼ਰੂਰ ਵਿਜ਼ਿਟ ਕਰਨ, ਅਤੇ ਇਹਨਾਂ ਦੀ ਨਾ ਕੋ ਫੀਸ ਆਫਟਰ ਵੀਜ਼ਾ ਨਾ ਬਿਫੋਰ ਵੀਜ਼ਾ। ਅਤੇ ਥੈਂਕ ਯੂ। Hi, good afternoon. My name is Manpreet Kaur. I'm from Gurdaspur. Today I got my visa from New Zealand, and I'm very thankful to Medway, and Medway especially thanks to Deepa ma'am and Gurpreet sir. They helped me a lot in my visa application, and they also prepared me for my interview. And last, I'm very happy for my as I got my visa. I'm well. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਜਸਕਰਨ ਸਿੰਘ, ਮੈਂ ਕੁਰਕਸ਼ੇਤਰਾ ਤੋਂ ਬਿਲੋਂਗ ਕਰਦਾ। ਮੈਨੂੰ ਮੇਰੇ ਫਰੈਂਡ ਨੇ ਦੱਸਿਆ ਵੀ ਜੇ ਤੂੰ ਬਾਹਰ ਜਾਣਾ ਚਾਹੁੰਦਾ ਤਾਂ ਇੱਕ ਵਾਰੀ ਮੈਡਵੇ ਨਾਲ ਜ਼ਰੂਰ ਸੰਪਰਕ ਕਰ। ਅਤੇ ਮੈਂ ਚੰਡੀਗੜ੍ਹ ਬ੍ਰਾਂਚ ਵਿੱਚ ਮਿਲਿਆ ਦੀਪਾ ਮੈਮ ਨੂੰ, ਇਹਨਾਂ ਨੇ ਮੈਨੂੰ ਬਹੁਤ ਹੀ ਪ੍ਰੋਪਰ ਤਰੀਕੇ ਨਾਲ ਗਾਈਡ ਕੀਤਾ, ਅਤੇ ਮੈਨੂੰ ਫੰਡਿੰਗ ਦੇ ਬਾਰੇ ਬਹੁਤ ਹੀ ਪ੍ਰੋਪਰ ਗਾਈਡੈਂਸ ਦਿੱਤੀ, ਅਤੇ ਸਕਸੈਸਫੁਲੀ ਮੈਂ ਹੁਣ ਆਪਣਾ ਵੀਜ਼ਾ ਪ੍ਰਾਪਤ ਕੀਤਾ। ਅਤੇ ਇਹਨਾਂ ਨੇ ਮੈਨੂੰ ਬਹੁਤ ਹੀ ਅੱਛੇ ਤਰ੍ਹਾਂ ਇੰਟਰਵਿਊ ਪ੍ਰਿਪਰੇਸ਼ਨ ਵੀ ਕਰਾਈ, ਅਤੇ ਇਹਨਾਂ ਦੀ ਕੋਈ ਵੀ ਕੰਸਲਟੈਂਸੀ ਫੀਸ ਨਹੀਂ ਹੈਗੀ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਰੈਕਮੈਂਡ ਕਰਦਾ, ਜੇ ਤੁਸੀਂ ਵੀ ਆਪਣਾ ਕਰੀਅਰ ਸਕਸੈਸ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਆ ਕੇ ਮੈਡਵੇ ਚੰਡੀਗੜ੍ਹ ਬ੍ਰਾਂਚ ਵਿੱਚ ਜ਼ਰੂਰ ਸੰਪਰਕ ਕਰੋ। ਥੈਂਕ ਯੂ। ਸੋ ਇਸੇ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੈ ਨਿਊਜ਼ੀਲੈਂਡ ਨੂੰ ਲੈ ਕੇ, ਆਪਣੀ ਪ੍ਰੋਫਾਈਲ ਨੂੰ ਲੈ ਕੇ ਮੈਡਵੇ ਤੱਕ ਸਾਂਝਾ ਕੀਤਾ ਜਾ ਸਕਦਾ। ਔਰ ਮੇਰੇ ਖਿਆਲ ਅੱਜ ਤਾਂ ਹਰ ਉਹ ਸਾਡੇ ਵਿਊਰ ਜਾਣਦਾ ਹੋਣਾ ਵੀ ਮੈਡਵੇ ਦੇ ਕੋਈ ਵੀ ਚਾਰਜਿਸ ਨਹੀਂ ਨੇ, ਨਾ ਵੀਜ਼ੇ ਤੋਂ ਪਹਿਲੇ ਨਾ ਵੀਜ਼ੇ ਤੋਂ ਬਾਅਦ ਤੁਸੀਂ ਕੋਈ ਵੀ ਚਾਰਜਿਸ ਨਹੀਂ ਦੇਣੇ, ਨਾ ਮੈਡਵੇ ਲੈਂਦਾ। ਉਹ ਤੁਸੀਂ ਚਾਹੇ ਸੈਮੀਨਾਰ ਦੇ ਵਿੱਚ ਜਾਓ ਜਾਂ ਵੈਸੇ ਇਹਨਾਂ ਦੇ ਆਫਿਸ ਵਿਜ਼ਿਟ ਕਰਨ ਜਾਓ, ਤੁਹਾਨੂੰ ਸੇਮ ਸਰਵਿਸਿਜ਼ ਮਿਲਣਗੀਆਂ। ਸ਼ੋਅ ਦਾ ਸਮਾਂ ਨਹੀਂ ਅਲਾਓ ਕਰ ਰਿਹਾ, ਬਟ ਤਨਵੀਰ ਜੀ ਸ਼ੋਅ 'ਚ ਆਉਣ ਲਈ ਧੰਨਵਾਦ। ਥੈਂਕ ਯੂ ਸੋ ਮਚ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਪਿਆਰੇ ਦਰਸ਼ਕੋ, ਇੱਕ ਬਿਲਕੁਲ ਨਵਾਂ ਅਤੇ ਬਿਲਕੁਲ ਤਾਜ਼ਾ ਅੰਗਰੇਜ਼ੀ ਪੜ੍ਹਾਉਣ ਦਾ ਤਰੀਕਾ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ। ਮੈਂ ਆਪਣੇ ਬਾਰੇ ਦੱਸਾਂ ਤਾਂ ਮੇਰਾ ਨਾਮ ਨਿਰਮਲ ਦੱਤ ਹੈ, ਅਤੇ ਮੈਂ ਚੰਡੀਗੜ੍ਹ ਦੇ ਡੀ ਏ ਵੀ ਕਾਲਜ 35 ਸਾਲ ਅੰਗਰੇਜ਼ੀ ਪੜ੍ਹਾ ਕੇ ਉੱਥੋਂ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਦੇ ਰੂਪ 'ਚ ਉੱਥੋਂ ਰਿਟਾਇਰ ਹੋਇਆ ਹਾਂ। ਮੈਂ ਦੇਖਿਆ ਹੈ ਕਿ ਅੰਗਰੇਜ਼ੀ ਪੜ੍ਹਾਉਣ ਦੇ ਜਿਹੜੇ ਹੁਣ ਦੇ ਤਰੀਕੇ ਨੇ ਉਹਨਾਂ 'ਚ ਜਾਂ ਤਾਂ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਅੰਗਰੇਜ਼ੀ ਤਾਂ ਹੀ ਸਿੱਖ ਸਕਦੇ ਹੋ ਜੇ ਤੁਸੀਂ ਲਗਾਤਾਰ ਅੰਗਰੇਜ਼ੀ ਬੋਲਦੇ ਹੋ, ਸੁਣਦੇ ਹੋ, ਅਤੇ ਅੰਗਰੇਜ਼ੀ ਨਾਲ ਤੁਹਾਡਾ ਲਗਾਤਾਰ ਵਾਹ ਬਣਿਆ ਹੋਇਆ ਹੈ। ਜਾਂ ਦੱਸਿਆ ਜਾਂਦਾ ਹੈ ਉਹਨਾਂ ਨੂੰ ਕਿ ਅੰਗਰੇਜ਼ੀ ਬੋਲਣਾ
ਬਿਲਕੁਲ ਸੰਭਵ ਨਹੀਂ ਹੈ ਜੇ ਤੁਸੀਂ ਆਪਣੀ ਮਾਂ ਬੋਲੀ ਦੇ ਨਾਲ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕਰਦੇ ਹੋ। ਦੋਸਤੋ, ਮੈਂ ਜਿਹੜਾ ਅੰਗਰੇਜ਼ੀ ਪੜ੍ਹਾਉਣ ਦਾ ਤਰੀਕਾ ਬਣਾਇਆ ਹੈ ਉਸਨੂੰ ਮੈਂ ਬ੍ਰਿਜ ਕੋਰਸ ਕਹਿੰਦਾ ਹਾਂ। ਅਤੇ ਮੇਰੀ ਇਹ ਧਾਰਨਾ ਹੈ ਕਿ ਤੁਹਾਡੀ ਮਾਂ ਬੋਲੀ ਦਾ ਇੱਕ ਰਚਨਾਤਮਕ ਪ੍ਰਯੋਗ ਕਰਕੇ ਅੰਗਰੇਜ਼ੀ ਬਿਨਾਂ ਗ੍ਰੈਮਰ ਦੇ ਰੱਟੇ ਤੋਂ, ਬਿਨਾਂ ਗ੍ਰੈਮਰ ਦੇ ਬੋਝ ਤੋਂ ਬੜੀ ਸਿੱਧੇ ਤਰੀਕੇ ਨਾਲ ਸਿੱਖੀ ਜਾ ਸਕਦੀ ਹੈ। ਅੰਗਰੇਜ਼ੀ ਸਿੱਖਣ ਵਾਸਤੇ ਤੁਸੀਂ ਦੇਖੋ ਕਿ ਸਭ ਤੋਂ ਖੂਬਸੂਰਤ ਮਾਡਲ ਹੁੰਦਾ ਹੈ ਇੱਕ ਛੋਟਾ ਜਿਹਾ ਬੱਚਾ। ਜ਼ਰਾ ਸੋਚੋ ਉਸ ਛੋਟੇ ਜਿਹੇ ਬੱਚੇ ਬਾਰੇ ਜਿਹੜਾ ਇੱਕ ਅੰਗਰੇਜ਼ੀ ਬੋਲਣ ਵਾਲੇ ਪਰਿਵਾਰ 'ਚ ਪੈਦਾ ਹੁੰਦਾ ਅਤੇ 2-2.5 ਸਾਲ ਬਾਅਦ ਉਹ ਇੱਕ ਕਮਾਲ ਦਾ ਕਮਿਊਨੀਕੇਟਰ ਬਣ ਜਾਂਦਾ ਹੈ। ਇਸੇ ਤਰ੍ਹਾਂ ਮੇਰਾ ਅੰਗਰੇਜ਼ੀ ਪੜ੍ਹਾਉਣ ਦਾ ਜਿਹੜਾ ਤਰੀਕਾ ਹੈ ਜਿਹਨੂੰ ਮੈਂ ਬ੍ਰਿਜ ਕੋਰਸ ਕਹਿੰਦਾ ਹਾਂ, ਉਹ ਬਿਲਕੁਲ ਇਹੋ ਜਿਹਾ ਹੀ ਤਰੀਕਾ ਹੈ। ਕਿਉਂਕਿ ਮੈਂ ਦੇਖਿਆ ਹੈ ਕਿ ਉਹ ਬੱਚੇ ਨਾਲ ਦੋ ਚੀਜ਼ਾਂ ਹੁੰਦੀਆਂ ਹਨ। ਬੱਚਾ ਹਰ ਰੋਜ਼ ਆਪਣੀ ਮਰਜ਼ੀ ਨਾਲ ਅੰਗਰੇਜ਼ੀ ਦੇ ਸ਼ਬਦ ਸਿੱਖਦਾ ਹੈ ਅਤੇ ਉਹ ਤੋਂ ਬਾਅਦ ਉਹਨਾਂ ਸ਼ਬਦਾਂ ਨੂੰ ਉਹ ਵਾਕਾਂ ਵਿੱਚ ਵਰਤਣ ਦੇ ਯੋਗ ਹੋ ਜਾਂਦਾ ਹੈ। ਇਹ ਜਿਹੜਾ ਬ੍ਰਿਜ ਕੋਰਸ ਹੈ ਇਹਦੇ 'ਚ ਇਹ ਲੱਭਿਆ ਗਿਆ ਹੈ ਕਿ ਪੰਜਾਬੀ ਜਾਂ ਹਿੰਦੀ 'ਚ ਬੋਲਣ ਵਾਲੇ ਆਪਾਂ ਜਿਹੜੇ ਲੋਕ ਹਾਂ, ਆਪਾਂ ਆਪਣੀ ਸਾਰੀ ਜ਼ਿੰਦਗੀ 'ਚ ਸਿਰਫ 8 ਵਾਕ ਬੋਲਦੇ ਹਾਂ, ਅਲੱਗ ਅਲੱਗ ਕਿਸਮ ਦੇ 8 ਵਾਕ। ਜਿਵੇਂ ਜੇ ਮੈਂ ਤੁਹਾਨੂੰ ਦੱਸਣਾ ਹੋਵੇ ਕਿ ਮੈਂ ਚਾਹ ਪੀਣੀ ਹੈ, ਇਹ ਮਰਜ਼ੀ ਵਾਲਾ ਵਾਕ ਹੈ। ਮੈਂ ਕਹਾਂ ਕਿ ਮੈਨੂੰ ਚਾਹ ਪੀਣੀ ਪੈਂਦੀ ਹੈ, ਇਹ ਮਜਬੂਰੀ ਵਾਲਾ ਵਾਕ ਹੈ। ਇੱਦਾਂ ਜਦੋਂ ਆਪਾਂ ਸੋਚਣ ਬੈਠਦੇ ਹਾਂ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਜ਼ਿੰਦਗੀ 'ਚ ਸਾਰੀਆਂ ਗੱਲਾਂ ਕਰਨ ਵੇਲੇ ਸਿਰਫ 8 ਅਲੱਗ ਅਲੱਗ ਕਿਸਮ ਦੇ ਸੈਂਟੈਂਸ ਯੂਜ਼ ਕਰਦੇ ਹੋ। ਅਤੇ ਬਸ ਮੇਰਾ ਤਰੀਕਾ ਕੀ ਹੈ ਕਿ ਮੈਂ ਤੁਹਾਨੂੰ ਉਹਨਾਂ 8 ਸੈਂਟੈਂਸਿਸ ਬਾਰੇ ਤੁਹਾਡੀ ਮਾਤ ਭਾਸ਼ਾ 'ਚ ਪੂਰੀ ਤਰ੍ਹਾਂ ਸੁਚੇਤ ਕਰ ਦੇਣਾ ਹੈ ਅਤੇ ਫਿਰ ਉਹਨਾਂ ਸੈਂਟੈਂਸਿਸ ਨੂੰ ਮੈਂ ਤੁਹਾਨੂੰ ਸਿੱਧਾ ਅੰਗਰੇਜ਼ੀ 'ਚ ਕਹਿਣ ਲਾ ਦੇਣਾ ਹੈ। ਇਹ ਹੈ ਬ੍ਰਿਜ ਕੋਰਸ। ਪਰ ਮੈਂ ਮੰਨਦਾ ਹਾਂ ਕਿ ਤਰੀਕਾ ਪੜ੍ਹਾਉਣ ਦਾ ਉਹੀ ਸੌਖਾ ਹੈ ਜਿੱਥੇ ਗ੍ਰੈਮਰ ਪਿੱਛੇ ਰਹੇ ਅਤੇ ਅੰਗਰੇਜ਼ੀ ਬੋਲਣ ਦਾ ਅਭਿਆਸ ਅੱਗੇ ਆ ਜਾਏ। ਇਹ ਹੈ ਮੇਰਾ ਤਰੀਕਾ। ਇਹ ਅਸੀਂ ਸਿਸਟਮੈਟਿਕਲੀ ਤੁਹਾਡੇ ਵਾਸਤੇ ਸ਼ੁਰੂ ਕਰ ਰਹੇ ਹਾਂ ਅਤੇ ਉਮੀਦ ਹੈ ਤੁਸੀਂ ਇਹਦੇ 'ਚ ਦਿਲਚਸਪੀ ਲਓਗੇ ਅਤੇ ਜਿਹੜੇ ਆਪਣੇ ਅੰਗਰੇਜ਼ੀ ਪੜ੍ਹਨ ਦਾ ਜਿਹੜਾ ਸੰਕਟ ਹੈ ਉਹਨੂੰ ਤੁਸੀਂ 3 ਜਾਂ 4 ਮਹੀਨਿਆਂ 'ਚ ਪਰਮਾਨੈਂਟਲੀ ਉਹਦਾ ਹੱਲ ਕਰ ਲਓਗੇ, ਮੈਂ ਤੁਹਾਨੂੰ ਗਰੰਟੀ ਦਿੰਦਾ। ਅਤੇ ਹੁਣ ਦੇਸ਼ ਪ੍ਰਦੇਸ਼ ਦਾ ਸਾਨੂੰ ਐਕਟਿਵ ਸਹਿਯੋਗ ਮਿਲਿਆ ਹੈ ਅਤੇ ਅਸੀਂ ਇਹ ਪਲਾਨ ਬਣਾਇਆ ਹੈ ਕਿ ਆਉਣ ਵਾਲੇ 1-2 ਸਾਲ 'ਚ ਅਸੀਂ ਤੁਹਾਨੂੰ ਅੰਗਰੇਜ਼ੀ ਤੁਹਾਡੇ ਘਰ ਬੈਠੇ ਸਿਖਾਉਣੀ ਹੈ, ਤੁਹਾਤੋਂ ਕੁਛ ਨਹੀਂ ਲਿਆ ਜਾਣਾ। ਸਿਰਫ 35 ਸਾਲ ਦਾ ਇੱਕ ਅੰਗਰੇਜ਼ੀ ਪੜ੍ਹਾਉਣ ਦਾ ਤਰੀਕਾ ਜਿਹਦੇ 'ਚੋਂ ਇੱਕ ਬਹੁਤ ਸਾਦਾ ਹੱਲ ਨਿਕਲਿਆ, ਉਹ ਹੱਲ ਅਸੀਂ ਤੁਹਾਡੇ ਕੋਲ ਪਹੁੰਚਾਉਣਾ ਹੈ। ਤੁਹਾਨੂੰ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ, ਕਿਸੇ ਇੰਸਟੀਚਿਊਟ ਜਾਣ ਦੀ ਲੋੜ ਨਹੀਂ। ਤੁਹਾਨੂੰ 3-4 ਮਹੀਨੇ 'ਚ ਅਸੀਂ ਅੰਗਰੇਜ਼ੀ ਦਾ ਪੂਰੀ ਤਰ੍ਹਾਂ ਮਾਹਰ ਬਣਾਵਾਂਗੇ, ਤੁਹਾਡੇ ਨਾਲ ਵਾਅਦਾ ਕਰਾਂਗੇ।